ਇਸ ਵਕਤ ਵੇਲਾ ਖਬਰਸਾਰ ਦਾ ਤੇ ਖਬਰਸਾਰ ਦੀ ਸਾਂਝ ਪਾਉਣ ਦੇ ਵਾਸਤੇ ਪਰਮਵੀਰ ਸਿੰਘ ਬਾਠ ਸਾਹਿਬ ਆਪਣੇ ਸਾਰਿਆਂ ਦੇ ਨਾਲ ਜੁੜ ਚੁੱਕੇ ਆ। ਇੱਕ ਵਾਰ ਫੇਰ ਅਸੀਂ ਉਹਨਾਂ ਸਾਰੇ ਸੱਜਣਾਂ ਦਾ ਸਹਿਯੋਗ ਦੇਣ ਦੇ ਬਦਲੇ ਧੰਨਵਾਦ ਕਰ ਦਈਏ ਜਿਹੜੇ ਸਾਡੇ ਨਾਲ ਜੁੜੇ ਰਹਿੰਦੇ ਨੇ ਹਰ ਵੇਲੇ ਛੱਤੋ ਪੈਰ। ਜਸਵਿੰਦਰ ਸਿੰਘ ਮਿਸੀਸਿਪੀ ਵਾਲੇ ਤੇ ਕੁਲਦੀਪ ਸਿੰਘ ਬਾਠ ਇੰਡੀਆਨਾ ਇੰਡੀਆਨਾਪੋਲਿਸ ਤੋਂ, ਜਸਵੰਤ ਸਿੰਘ ਸਹੋਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧਵਾਂ ਦੋਨਾਂ ਦੇ ਵਾਸੀ ਤੇ ਪ੍ਰਵਾਸੀ ਸੱਜਣ, ਉਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਗੱਲਬਾਤ ਅੱਗੇ ਪਹੁੰਚ ਰਹੀ ਹੈ। ਤੇ ਨਾਲ ਹੀ ਡਰਾਈਵਰ ਤੇ ਉਹਨਾਂ ਦਾ ਆਪਰੇਟਰ ਜਿਹੜੇ ਹੈ ਉਹਨਾਂ ਦੇ ਵਾਸਤੇ ਮੈਸੇਜ ਹੈ, ਹਰਿਆਣਾ ਤੋਂ ਪੈਨਸਲਵੇਨੀਆ ਤੱਕ ਦੇ ਡੈਡੀਕੇਟਡ ਲੋਡ ਤੇ ਵਨ ਟਾਈਮ ਪੇਮੈਂਟ, ਇਹਦੇ ਵਾਸਤੇ ਤੁਸੀਂ ਤਾਲਮੇਲ ਕਰ ਸਕਦੇ ਹੋ ਸੋਢੀ ਸਾਹਿਬ ਦੇ ਨਾਲ। ਸੋਢੀ ਟਰਾਂਸਪੋਰਟ ਹਰਿਆਣਾ ਦੇ ਵਿੱਚ ਨੰਬਰ ਹੈ ਨਰਿੰਦਰ ਸੋਢੀ ਹੋਰਾਂ ਦਾ 317-741-4119 317-701-4119 ਤੇ ਨਾਲ ਹੀ ਬੇਨ ਸਿੰਘ ਵਸਾਲ ਹੋਰਾਂ ਦਾ ਮੈਸੇਜ ਹੈ, ਇਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਦਿਆਂ ਜੀ। ਬੇਨ ਸਿੰਘ ਵਸਾਲ ਹੋਰੇ ਕਹਿੰਦੇ ਆ ਕਿ ਇਮੀਗ੍ਰੇਸ਼ਨ ਟਰੱਕ ਰਿਲੇਟਡ ਪੇਪਰ ਵਰਕ, ਅਕਾਊਂਟਿੰਗ ਰਿਲੇਟਡ ਪੇਪਰ ਵਰਕ, ਘਰ ਖਰੀਦਣ ਵੇਚਣ ਤੇ ਇਨਵੈਸਟਮੈਂਟ ਕਰਨ ਵਾਸਤੇ ਜਾਂ ਫਿਰ ਲੋਨ ਚਾਹੀਦਾ, ਤਾਲਮੇਲ ਕਰ ਲਓ ਜੀ। ਕਹਿੰਦੇ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕੋ ਛੱਤ ਥੱਲੇ ਉੱਤੇ ਇੱਕੋ ਨੰਬਰ ਡਾਇਲ ਕਰਕੇ ਕਰ ਸਕਦੇ ਹੋ। ਨੰਬਰ ਇਜ਼ 317-809-1818 317-809-1818। ਤੇ ਨਾਲ ਦੱਸਦਿਆਂ ਮੈਂ ਉਹਨਾਂ ਭਾਰਤੀ ਸੱਜਣਾਂ ਨੂੰ ਜਿਹੜੇ ਵੇਲੇ ਕੁ ਵੇਲੇ ਫੋਨ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੇ ਆ ਕਿ ਇੰਡੀਆ ਦਾ ਟਾਈਮ 8:30 ਸ਼ਾਮ ਦੇ ਆਥਣ ਵੇਲੇ, ਉਹ ਤਾਂ ਰਾਤ ਦੀ ਹੈ ਜੀ, ਸ਼ਾਮ ਦੇ 8:30 ਤੋਂ ਲੈ ਕੇ 11:30 ਵਜੇ ਤੱਕ ਸਿੱਧੂ ਲਾਈਵ ਸ਼ੋ ਮਿੱਤਰੋ ਚੱਲਦਾ ਹੈ। ਵਟਸਐਪ ਦੇ ਨਾਲ ਜਿਹੜਾ ਗੱਲਬਾਤ ਦਾ ਸਮਾਂ ਹੁੰਦਾ ਉਹ ਹੁੰਦਾ 9:30 ਤੋਂ 10:30 ਵਜੇ ਤੱਕ ਰਾਤ ਦੇ। ਇਸ ਕਰਕੇ ਜੇ ਭਾਰਤ ਤੋਂ ਕਿਸੇ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਹੁੰਦਾ, ਕਾਲ ਕਰਨੀ ਹੁੰਦੀ ਹੈ, ਤਾਂ 10:30 ਵਜੇ ਤੋਂ ਤੁਸੀਂ 11:15 ਵਜੇ ਤੱਕ 15 ਮਿੰਟ ਦੇ ਵਿੱਚ ਕਾਲ ਕਰ ਸਕਦੇ ਹੋ। ਨੰਬਰ ਹੁੰਦਾ 84-375-2244 84-375-2244 ਇਹ ਭਾਰਤ ਦਾ ਨੰਬਰ ਹੁੰਦਾ, ਲੋਕਲ ਕਾਲ ਤੁਹਾਡੀ ਮਿਲ ਜਾਂਦੀ ਹੈ ਤੇ ਫੇਰ ਗੱਲ ਕਰ ਸਕਦੇ ਹੋ। ਬਾਅਦ ਦੇ ਵਿੱਚ ਜਦੋਂ ਤੁਸੀਂ ਕਾਲ ਕਰਦੇ ਹੋ ਉਦੋਂ ਰਿਪੀਟ ਦਾ ਟਾਈਮ ਹੁੰਦਾ, ਰਿਪੀਟ ਦੇ ਵਿੱਚ ਤੁਹਾਡੀ ਗੱਲ ਤਾਂ ਸੁਣੀ ਜਾ ਸਕਦੀ ਹੈ ਪਰ ਏਅਰ ਤੇ ਤੁਹਾਡੀ ਗੱਲ ਨਹੀਂ ਜਾ ਸਕਦੀ, ਤੁਹਾਡੇ ਸਵਾਲ ਦੇ ਉੱਤੇ ਚਰਚਾ ਨਹੀਂ ਹੋ ਸਕਦੀ। ਇਸ ਵਕਤ ਬਾਠ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ, ਸਵਾਗਤ ਕਰ ਲਈਏ ਜੀ। ਬਾਠ ਸਾਹਿਬ ਸਤਿ ਸ੍ਰੀ ਅਕਾਲ। ਸ਼ੁਕਰੀਆ ਮਿਹਰਬਾਨੀ ਸੁਖਨੈਪ ਜੀ, ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਕਰੀ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਬਾਠ ਸਾਹਿਬ ਜੁੜਨ ਦੇ ਵਾਸਤੇ, ਬਹੁਤ ਧੰਨਵਾਦ ਜੀ। ਔਰ ਨਾਲ ਹੀ ਮੈਂ ਮਾਫੀ ਵੀ ਚਾਹੂੰਗਾ, ਤੁਹਾਨੂੰ ਥੋੜੀ ਦੇਰ ਵੇਟ ਕਰਨੀ ਪਈ, ਸੁਨੇਹਾ ਸਾਂਝਾ ਕੀਤਾ ਜਾ ਰਿਹਾ ਸੀ। ਤੇ ਪੰਜਾਬ ਸਰਕਾਰ ਸ਼ਹਿਰੀ ਚੋਣਾਂ ਦੇ ਵਾਸਤੇ ਤਿਆਰ ਬਰ ਤਿਆਰ ਹੈ ਜੀ। ਸੁਖਨਾ ਜੀ, ਪੰਜਾਬ ਦੇ 4 ਸ਼ਹਿਰਾਂ ਦੇ ਵਿੱਚ ਵੋਟਾਂ ਪੈਣੀਆਂ, ਨਾਲ 100-125 ਹੋਰ ਸ਼ਹਿਰਾਂ ਦਾ ਜਿਹੜਾ ਉਹ ਵੀ ਬੱਚਾ ਲੱਗ ਜਾਣਾ। ਨਗਰ ਨਿਗਮਾਂ ਦੀ ਚੋਣ ਤੈਅ ਹੈਗੀ ਆ, ਨਗਰ ਕੌਂਸਲ ਤੇ ਨਗਰ ਪੰਚਾਇਤ ਦਾ ਵੀ ਪੰਜਾਬ ਸਰਕਾਰ ਨੇ ਜਿਹੜਾ ਉਹ ਕੰਮ ਨਿਬੇੜਨ ਦਾ ਯਤਨ ਕਰਨਾ। ਹੁਣ ਸਰਕਾਰ ਨੂੰ ਕੋਲ ਜੇ ਪੂਰੀਆਂ ਤਿਆਰੀਆਂ ਨੇ, ਜੇ ਵੋਟਾਂ ਦੀ ਜਿਹੜੀ ਸੂਚੀ ਸੋਧ ਕਰ ਦਿੱਤੀ ਗਈ ਆ ਉਹਦੇ ਵਿੱਚ ਜੇ ਵਾਰਡਬੰਦੀ ਹੋ ਚੁੱਕੀ ਆ ਤਾਂ ਪੰਜਾਬ ਸਰਕਾਰ ਜਦੋਂ ਮਰਜ਼ੀ ਐਲਾਨ ਕਰਵਾ ਸਕਦੀ ਆ ਵੋਟਾਂ ਪੈ ਸਕਦੀਆਂ। ਪਰ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰੇ ਜਿਹੜੇ ਚਾਹੁੰਦੇ ਆ ਵੋਟਾਂ ਛੇਤੀ ਪੈ ਜਾਣ, ਉਹਨਾਂ ਦੇ ਸਾਹਮਣੇ ਸਮੱਸਿਆ ਖੜੀ ਕਰ ਦਿੱਤੀ ਸੀ ਕਾਂਗਰਸ ਪਾਰਟੀ ਦੇ ਆਪਣੇ ਸ਼ਹਿਰਾਂ ਦੇ ਵਿਧਾਇਕਾਂ ਨੇ। ਜੇ ਆਪਾਂ ਲੁਧਿਆਣੇ ਨੂੰ ਛੱਡ ਲਈਏ, ਪਟਿਆਲਾ ਵੀ ਛੱਡ ਦਈਏ ਤਾਂ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਬਹੁਤਾ ਰੇੜਕਾ। ਹੁਣ ਰੇੜਕਾ ਕਾਹਦਾ ਪੈ ਗਿਆ? ਵੋਟਾਂ ਦੀਆਂ ਸੂਚੀਆਂ ਤਿਆਰ ਹੋ ਗਈਆਂ, ਵਾਰਡਬੰਦੀ ਹੋ ਗਈ ਤਾਂ ਵੋਟਾਂ ਪਵਾ ਦਿਓ। ਹੁਣ ਹੋਇਆ ਕਿ ਇੱਕ ਲੰਬੇ ਸਮੇਂ ਬਾਅਦ ਕਾਂਗਰਸੀ MLA ਜਿੱਤੇ ਆ ਇਹਨਾਂ ਸ਼ਹਿਰਾਂ ਦੇ ਵਿੱਚੋਂ। ਜਲੰਧਰ ਦੇ ਵਿੱਚੋਂ ਸਾਰੇ ਇਹਨਾਂ ਦੇ ਜਿੱਤ ਗਏ, ਅੰਮ੍ਰਿਤਸਰ ਦੇ ਵਿੱਚੋਂ ਵੀ ਸਾਰੇ ਇਹਨਾਂ ਦੇ ਜਿੱਤ ਗਏ। ਹੁਣ ਜਿਹੜੇ ਕੱਲ ਤੱਕ ਅਕਾਲੀ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਨਾਲ ਲੜਦੇ ਸੀ, ਹੁਣ ਆਪਸ ਚ ਲੜਨ ਲੱਗ ਪਏ, ਕਿਉਂਕਿ ਫਿਰ ਤਵਾ ਵੱਧਦੀ ਹੈ, ਲਾਲਸਾ ਵੱਧ ਜਾਂਦੀ ਹੈ, ਉਮੀਦਾਂ ਵੱਧ ਜਾਂਦੀਆਂ। ਹੁਣ ਕਾਂਗਰਸ ਪਾਰਟੀ ਦੇ 4 ਜਲੰਧਰ ਵਾਲੇ MLA ਤੇ 5 MLA ਅੰਮ੍ਰਿਤਸਰ ਵਾਲੇ ਉਹ ਆਪਸ ਦੇ ਵਿੱਚ ਫਸੀ ਜਾਂਦੇ ਆ, ਭਾਵੇਂ ਉੱਪਰੋਂ ਉੱਪਰੋਂ ਫਸੀ ਜਾਂਦੇ ਆ। ਫਸੀ ਕਿਉਂ ਜਾਂਦੇ ਆ? ਹਰ ਇੱਕ ਨੂੰ ਇਹ ਕੋਸ਼ਿਸ਼ ਕਰਨ ਦਾ ਅਧਿਕਾਰ ਹੈਗਾ ਕਿ ਆਪਣੇ ਵੱਧ ਤੋਂ ਵੱਧ ਬੰਦਿਆਂ ਨੂੰ ਐਡਜਸਟ ਕਰੇ, ਪਰ ਕਾਂਗਰਸੀ MLA ਤਾਂ ਇਹ ਚਾਹੁੰਦੇ ਆ ਕਿ ਜਿੰਨੇ ਵੀ ਕੌਂਸਲਰ ਸਾਡੇ ਸ਼ਹਿਰ ਦੇ ਵਿੱਚੋਂ ਬਣਨ ਉਹ ਸਾਡੇ ਬਣਨ, ਮੇਅਰ ਜਿਹੜਾ ਮੇਰਾ ਬੰਦਾ ਬਣੇ ਤੇ ਉਹਦੇ ਤੋਂ ਬਾਅਦ ਸ਼ਹਿਰ ਦੇ ਕੰਮ ਅਸੀਂ ਆਪਣੀਆਂ ਉਂਗਲਾਂ ਤੇ ਨਚਾਈਏ। ਹੁਣ ਜਦੋਂ ਸਾਰੇ MLA ਇਹ ਗੱਲ ਚਾਹੁੰਦੇ ਆ ਤਾਂ ਫਿਰ ਰਲਾ ਰੱਪਾ ਵੀ ਪੈਣਾ ਸੀ। ਪਹਿਲਾ ਰੱਫੜ ਤਾਂ ਪੈ ਗਿਆ ਵਾਰਡਬੰਦੀ ਤੇ, ਕਿਉਂਕਿ ਅੜਕੀ 15-15, 20-20 ਵਾਰਡ ਇਹਨਾਂ 4 ਸ਼ਹਿਰਾਂ ਚ ਵੱਧ ਗਏ, ਨਵੇਂ ਵਾਰਡ ਬਣ ਗਏ
ਕਈ ਪੁਰਾਣੇ ਵਾਰਡਾਂ ਦੇ ਵਿੱਚ ਭੰਨ ਤੋੜ ਕੀਤੀ ਗਈ ਹੈ, 4 ਘਰ ਇਹਦੇ ਨਾਲੋਂ ਤੋੜ ਕੇ ਉਹਦੇ ਨਾਲ ਲਾਤੇ, 7 ਘਰ ਇਹਦੇ ਨਾਲੋਂ ਤੋੜ ਕੇ ਪਰਲੇ ਪਾਸੇ ਨੂੰ ਲਾਤੇ, ਨਕਸ਼ੇ ਬਦਲ ਤੇ। ਕਈ MLAs ਦੇ ਸਮਰਥਕ ਬੜੇ ਨਾਰਾਜ਼ ਨੇ ਕਿ ਭਾਈ ਤੁਸੀਂ ਸਾਡਾ ਸਾਰਾ ਬਣਿਆ ਬਣਾਇਆ ਕੰਮ ਖਰਾਬ ਕਰ ਦਿੱਤਾ, ਜਿਹੜੇ ਖੇਤਰ ਦੇ ਵਿੱਚ ਅਸੀਂ ਮਿਹਨਤ ਕਰਦੇ ਅਸੀਂ ਉਹਦਾ 30-35% ਹਿੱਸਾ ਤੋੜ ਕੇ ਕਿਸੇ ਹੋਰ ਪਾਸੇ ਲਾਤਾ, ਤੇ ਜਿਹਨਾਂ ਲੋਕਾਂ ਨੂੰ ਅਸੀਂ ਜਾਣਦੇ ਵੀ ਨਹੀਂ ਉਹ ਸਾਡੇ ਵਾਰਡ ਦੇ ਨਾਲ ਜੋੜਤੇ। ਹੁਣ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਇਤਰਾਜ਼ ਪ੍ਰਗਟ ਕੀਤਾ ਸੀ ਨਵਜੋਤ ਸਿੰਘ ਸਿੱਧੂ ਦੇ ਕੋਲ ਕਿ ਮਹਿਕਮਾ ਤੁਹਾਡੇ ਕੋਲ ਹੈ, ਵਾਰਡਬੰਦੀ ਸਾਡੇ ਹਿਸਾਬ ਦੇ ਨਾਲ ਕਰਾ ਦਿਓ। ਪਰ ਜੇ ਨਵਜੋਤ ਸਿੰਘ ਸਿੱਧੂ ਜਾਂ ਪੰਜਾਬ ਦੇ ਚੋਣ ਕਮਿਸ਼ਨਰ ਸਾਰੇ ਕਾਂਗਰਸੀ MLA ਦੇ ਹਿਸਾਬ ਦੇ ਨਾਲ ਵਾਰਡਬੰਦੀ ਕਰਾਉਣ ਲੱਗ ਪੈਂਦੇ, ਹੋਣੀ ਨਹੀਂ ਸੀ, ਕਿਉਂਕਿ ਸਾਰਿਆਂ ਨੂੰ ਸੰਤੁਸ਼ਟ ਕੀਤਾ ਹੀ ਨਹੀਂ ਜਾ ਸਕਦਾ। ਸੋ ਇੱਕ ਤਾਂ ਇਹ ਇਤਰਾਜ਼ ਚੁੱਕਿਆ ਤੇ ਦੂਸਰਾ ਬਹੁਤੇ ਕਾਂਗਰਸੀ ਵਿਧਾਇਕਾਂ ਦਾ ਇਹ ਵੀ ਕਹਿਣਾ ਸੀ ਕਿ ਸ਼ਹਿਰ ਤੋਂ ਬਾਹਰਲੇ ਇਲਾਕਿਆਂ ਦੇ ਬਹੁਤ ਸਾਰੇ ਵੋਟਰ ਸ਼ਹਿਰ ਦੇ ਵਿੱਚ ਪਾ ਦਿੱਤੇ ਗਏ ਆ, ਜਦਕਿ ਉਹਨਾਂ ਨੂੰ ਵੋਟਰ ਸੂਚੀਆਂ 'ਚ ਸ਼ਾਮਿਲ ਨਹੀਂ ਸੀ ਕਰਨਾ ਚਾਹੀਦਾ। ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਸੱਦ ਲਿਆ ਕਿ ਅੰਮ੍ਰਿਤਸਰ ਵਾਲੇ ਵੀ ਆ ਜਾਓ, ਕਿ ਅੰਮ੍ਰਿਤਸਰ ਵਾਲੇ ਤੋਂ ਪਹਿਲਾਂ ਜਲੰਧਰ ਵਾਲੇ ਨੇ ਛੇਤੀ ਚੰਡੀਗੜ੍ਹ ਪਹੁੰਚ ਜਾਣਾ, ਤੁਸੀਂ ਪਹਿਲਾਂ ਆ ਜਾਓ। ਜਲੰਧਰ ਦੇ 4 ਕਾਂਗਰਸੀ MLA ਗਏ, ਪ੍ਰਗਟ ਸਿੰਘ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ ਤੇ ਅਵਤਾਰ ਹੈਨਰੀ ਦਾ ਬੇਟਾ ਬਾਬਾ ਹੈਨਰੀ, ਇਹਨਾਂ ਦੇ ਨਾਲ ਗਿਆ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ। ਅੱਗੇ ਉਹ 3 ਕੁਰਸੀਆਂ ਮੱਲ ਕੇ ਬੈਠੇ ਸੀ, ਇੱਕ ਪਾਸੇ ਉਹ ਕੈਪਟਨ ਅਮਰਿੰਦਰ ਸਿੰਘ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਤੀਸਰੇ ਪਾਸੇ ਬ੍ਰਹਮ ਮਹਿੰਦਰਾ। ਇਹਨਾਂ ਤਿੰਨਾਂ ਲੀਡਰਾਂ ਨੇ ਜਦੋਂ ਗੱਲ ਕੀਤੀ ਇਹਨਾਂ ਸਾਰੇ ਕਾਂਗਰਸੀ ਵਿਧਾਇਕਾਂ ਦੇ ਨਾਲ ਤੇ ਠੰਡੇ ਕਰਤੇ। ਕੈਪਟਨ ਅਮਰਿੰਦਰ ਸਿੰਘ ਨੇ ਸਿੱਧੇ ਤੌਰ ਤੇ ਇੱਕੋ ਹੀ ਗੱਲ ਕਹੀ ਕਿ ਜਿਹੜੇ ਵਾਰਡ ਬਣ ਗਏ ਉੱਥੇ ਹੀ ਚੋਣ ਲੜਨੀ ਪੈਣੀ ਹੈ, ਜਿਹੜੀਆਂ ਵੋਟਰ ਲਿਸਟਾਂ ਬਣ ਗਈਆਂ ਉਹੀ ਵੋਟਰ ਲਿਸਟਾਂ ਹੋਣਗੀਆਂ। ਤੁਸੀਂ ਇਹ ਮੰਨ ਕੇ ਚੱਲੋ ਕਿ ਆਪਾਂ ਇਸੇ ਹਾਲਾਤ ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਤਾਉਣਾ। ਜਿਹੜੇ ਜਲੰਧਰ ਤੇ ਅੰਮ੍ਰਿਤਸਰ ਦੇ ਕਾਂਗਰਸੀ ਵਿਧਾਇਕ ਬਹੁਤ ਭਰੇ ਪੀਤੇ ਗਏ ਸੀ ਕਿ ਅਸੀਂ ਵੋਟਾਂ ਅੱਗੇ ਪਵਾ ਕੇ ਆਉਣੀਆਂ, ਅਸੀਂ ਵਾਰਡਬੰਦੀ ਵੀ ਦੁਬਾਰਾ ਕਰਾਉਣੀ ਹੈ, ਅਸੀਂ ਵੋਟਰ ਲਿਸਟਾਂ ਵੀ ਦੁਬਾਰਾ ਜਿਹੜੀਆਂ ਉਹ ਕਰਾਉਣੀਆਂ ਸੈੱਟ, ਉਹ ਸਾਰੇ ਦੇ ਸਾਰੇ ਜਦੋਂ ਮੀਟਿੰਗ ਤੋਂ ਬਾਅਦ ਬਾਹਰ ਆਏ ਕਹਿੰਦੇ ਜੋ ਕੈਪਟਨ ਸਾਹਿਬ ਨੇ ਕਿਹਾ ਤਾਂ ਠੀਕ ਹੈ, ਅਸੀਂ ਤਾਂ ਕਪਤਾਨ ਸਾਹਿਬ ਦੇ ਨਾਲ ਹੀ ਹਾਂ। ਕੈਪਟਨ ਅਮਰਿੰਦਰ ਸਿੰਘ ਦਾ ਦਬਦਬਾ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਅੱਜ ਦੀ ਤਰੀਕ ਤੱਕ ਸੁਖਨੈਬ ਜੀ ਬਿਲਕੁਲ ਕਾਇਮ ਹੈ, ਤੇ ਹੁਣ ਰੌਲਾ ਜਿਹੜਾ ਅਗਲਾ ਪੈਣਾ ਹੈ। ਜੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਦੇ ਉੱਤੇ ਆਪਾਂ ਥੋੜਾ ਜਿਹਾ ਵੀ ਗੌਰ ਕਰਦੇ ਹਾਂ, ਥੋੜਾ ਜਿਹਾ ਵੀ ਉਹਨੂੰ ਸੱਚ ਮੰਨਦੇ ਹਾਂ, ਤਾਂ ਲੁਧਿਆਣੇ ਦੀਆਂ ਵੋਟਾਂ ਇਹਨਾਂ ਦੇ ਨਾਲ ਨਹੀਂ ਪੈਣੀਆਂ। ਉਹ ਕਹਿੰਦੇ ਉੱਥੇ ਵਾਰਡਬੰਦੀ ਦਾ ਕੰਮ ਰੁਕਿਆ, ਜਦਕਿ ਬੈਂਸਰਾ ਕਹਿੰਦੇ ਕੰਮ ਵਾਰਡਬੰਦੀ ਦਾ ਨਹੀਂ ਰੁਕਿਆ, ਕਾਂਗਰਸ ਪਾਰਟੀ ਨੂੰ ਇੱਥੋਂ ਜਿੱਤ ਦੀ ਸੰਭਾਵਨਾ ਨਹੀਂ, ਉਹਨਾਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਨੂੰ ਜਿੱਤਣਾ, ਇਸੇ ਕਰਕੇ ਉਹ ਕਹਿੰਦੇ ਜੀ ਹੁਣ ਇਸੇ ਕਰਕੇ ਕਹਿੰਦੇ ਉਹਨਾਂ ਨੇ ਵੋਟਾਂ ਲੇਟ ਪਾਉਣੀਆਂ ਤਾਂ ਜੋ ਸਾਰੀ ਦੀ ਸਾਰੀ ਸਰਕਾਰ ਜਿਹੜੀ ਹੈ ਉਹ ਇੱਥੇ ਆ ਕੇ ਬੈਠ ਜਾ, ਕੈਬਨਿਟ ਮੰਤਰੀ MLA ਤੇ ਸਾਡੇ ਵੋਟਰਾਂ ਨੂੰ ਪ੍ਰਭਾਵਿਤ ਕਰਨ, ਅਸੀਂ ਤਾਂ ਕਹਿੰਦੇ ਹਾਈਕੋਰਟ 'ਚ ਰੇਟ ਪਾਵਾਂਗੇ। ਸੋ ਹਾਈਕੋਰਟ 'ਚ ਰੇਟ ਪੈਂਦੀ ਹੈ ਕਿ ਨਹੀਂ ਪੈਂਦੀ ਉਹ ਵੱਖਰੀ ਗੱਲ ਹੈ, ਪਰ ਸੁਖਨੈਬ ਜੀ ਉਮੀਦ ਹੈ ਕਿ ਆਉਣ ਵਾਲੇ ਕੱਲ੍ਹ ਜਾਣੀ ਸ਼ਨੀਵਾਰ ਜਾਂ ਸੋਮਵਾਰ ਨੂੰ ਜੇ ਕੈਪਟਨ ਅਮਰਿੰਦਰ ਸਿੰਘ ਆਪਣੇ ਇਰਾਦੇ ਦੇ ਉੱਤੇ ਦ੍ਰਿੜ ਰਹਿ ਤਾਂ ਪੰਜਾਬ ਦੇ ਸ਼ਹਿਰਾਂ ਦੇ ਲਈ ਵੋਟਾਂ ਪੈਣ ਦੇ ਸਾਰੇ ਸ਼ਡਿਊਲ ਦਾ ਸ਼ੈਡਿਊਲ ਦਾ ਜਿਹੜਾ ਉਹ ਖੁਲਾਸਾ ਚੋਣ ਕਮਿਸ਼ਨਰ ਜਿਹੜੇ ਕਰ ਸਕਦੇ ਆ। ਸੋ ਵੇਖਦੇ ਹਾਂ ਕਿ ਕਾਂਗਰਸ ਇੱਕ ਪਾਸੇ ਹੋਏਗੀ, ਅਕਾਲੀ ਭਾਜਪਾ ਦੂਸਰੇ ਪਾਸੇ, ਤੇ ਆਮ ਆਦਮੀ ਪਾਰਟੀ ਨੇ ਵੀ ਵਿੱਚ ਵਿਚਾਲੇ ਹਾਜ਼ਰੀ ਲਵਾਉਣ ਦਾ ਯਤਨ ਕਰਨਾ ਤੇ ਜਿੱਤ ਕਿਹਦੇ ਨਸੀਬਾਂ 'ਚ ਆਉਂਦੀ ਹੈ ਜੀ। ਬਾਠ ਸਾਹਿਬ ਇੱਕ ਆਪਣੇ ਕਾਂਗਰਸੀ ਮਿੱਤਰ ਨੇ ਜੀ ਸਟੇਟਸ ਉਹਨਾਂ ਨੇ ਪਾਇਆ ਕਿ 6 ਘੰਟੇ ਕੈਪਟਨ ਸਾਹਿਬ ਨੇ ਪੁਲਿਸ ਵਾਲੇ ਅਧਿਕਾਰੀਆਂ ਦੀ ਕਲਾਸ ਲਈ। ਮੈਂ ਜਵਾਬ ਜਿਹੇ 'ਚ ਕਿਹਾ ਕਿ ਮਿੰਤਾਂ ਮੁੰਤਾਂ ਕੀਤੀਆਂ ਹੋਣਗੀਆਂ, ਜੇ ਇੰਨੇ ਟਾਈਮ ਦੇ ਵਿੱਚ ਜੇ ਕਲਾਸ ਲੈਣੀ ਹੁੰਦੀ ਤਾਂ 5-6 ਮਿੰਟਾਂ 'ਚ ਹੀ ਖਤਮ ਹੋ ਜਾਂਦੀ ਹੁੰਦੀ ਹੈ, ਵੈਸੇ ਵੀ ਪੀਰੀਅਡ 45 ਮਿੰਟਾਂ ਦਾ ਹੀ ਹੁੰਦਾ। ਸੁਖਨੈਬ ਜੀ ਇਹ ਗੱਲ ਠੀਕ ਹੈ ਤੁਹਾਡੀ ਕਿ ਬੜੇ ਹੁਣ ਲੰਬੇ ਚੌੜੇ ਜਿਹੜੇ ਉਹ ਡਿਸੀਜ਼ਨ ਲੈਣ ਲੱਗ ਪਿਆ ਕੈਪਟਨ ਅਮਰਿੰਦਰ ਸਿੰਘ। ਅੱਜ ਜਿਹੜੀਆਂ ਉਹਨਾਂ ਨੇ 3 ਮੀਟਿੰਗਾਂ ਕੀਤੀਆਂ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਨਾਲ, ਹੋਰ ਲੀਡਰਾਂ ਦੇ ਨਾਲ, ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਸਮਾਂ ਲਾਇਆ, ਕਿਉਂਕਿ ਜਿਹੜੀ ਝਾੜ ਝੰਬ ਕਰਨੀ ਹੁੰਦੀ ਹੈ ਝਾੜ ਝੰਬ ਤਾਂ 5-7 ਮਿੰਟਾਂ ਦੇ ਵਿੱਚ ਹੀ ਹੋ ਜਾਂਦੀ, ਜਿਹਨੂੰ ਸਮਝ ਆਉਣੀ ਹੁੰਦੀ ਹੈ ਉਹ ਆ ਜਾਂਦੀ ਹੈ। ਬਾਕੀ ਅੱਜ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਸੰਬੰਧੀ ਮੀਟਿੰਗ ਹੋਈ ਹੈ ਲੰਬੀ ਚੌੜੀ, ਤੇ ਉਹਦੇ ਵਿੱਚੋਂ ਮੈਂ ਇੱਕ ਗੱਲ ਫੇਰ ਆਪਣੇ ਸਰੋਤਿਆਂ ਦੇ ਰਾਹੀਂ ਸਭ ਤੱਕ ਪਹੁੰਚਦੀ ਕਰ ਦਿੰਦਾ ਕਿ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਰੱਖਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਫੇਰ ਦਿੱਤੀਆਂ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਸਰਗਰਮੀਆਂ ਹੁੰਦੀਆਂ ਉਧਰਲੇ ਪਾਸੇ ਥੋੜਾ ਜਿਹਾ ਧਿਆਨ ਰੱਖਿਓ। ਤੇ ਉਧਰ ਇਹ ਵੀ ਦੱਸਦਾ ਕਿ ਜੱਗੀ ਜੌਹਰ ਉਹਦਾ 4 ਦਿਨਾਂ ਦਾ ਪੁਲਿਸ ਰਿਮਾਂਡ ਹੋਰ ਮਿਲ ਗਿਆ, ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਧੂੰਆਂ ਕੱਢ ਬਿਆਨ ਜਿਹੜਾ ਉਹ ਸੁਖਨੈਬ ਜੀ ਇਸ ਮਸਲੇ ਦੇ ਨਾਲ ਸੰਬੰਧ ਵੀ ਦਿੱਤਾ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਗੱਲ ਆਖ ਦਿੱਤੀ ਹੈ ਕਿ ਜਗਤਾਰ ਸਿੰਘ ਜੱਗੀ ਜੌਹਰ ਜਿਹੜਾ ਇੰਗਲੈਂਡ ਦਾ ਰਹਿਣ ਵਾਲਾ ਹੈ ਤੇ ਉਹਨੂੰ ਕੁਝ ਕਤਲਾਂ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਹੈ, ਜਿਹੜੇ ਮਸਲੇ ਦੇ ਉੱਤੇ ਵਿਦੇਸ਼ਾਂ ਦੇ ਵਿੱਚੋਂ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਸਰਗਰਮ ਹੋਣ ਦਾ ਪਤਾ ਲੱਗਿਆ ਲੋਕਾਂ ਦਾ, ਸਿੱਖ ਭਾਈਚਾਰੇ ਦਾ। ਕੈਪਟਨ ਸਾਹਿਬ ਕਹਿੰਦੇ ਕਿ ਪਹਿਲੀ ਗੱਲ ਇਹ ਹੈ ਕਿ ਅਸੀਂ ਉਹਦੇ ਨਾਲ ਕੋਈ ਬੇਇਨਸਾਫੀ ਕੀਤੀ ਨਹੀਂ,
ਅਸੀਂ ਉਹਦੀ ਕੋਈ ਮਾਰਕਟਾਈਜ਼ ਕੀਤੀ ਨਹੀਂ, ਤੇ ਦੂਸਰੀ ਗੱਲ ਜੋ ਕੁਝ ਵੀ ਕਰ ਰਹੇ ਹਾਂ ਕਾਨੂੰਨ ਦੇ ਮੁਤਾਬਿਕ ਕਰ ਰਹੇ ਹਾਂ, ਤੇ ਤੀਸਰੀ ਗੱਲ ਉਹ ਕਹਿੰਦੇ ਕਿ ਜਿਹੜੀ ਦੋਵੇਂ ਥਾਵਾਂ ਦੀ ਪੁਲਿਸ ਦੀ ਸਾਂਝੀ ਕਮੇਟੀ ਬਣਾਉਂਦੀ, ਉਹ ਕਹਿੰਦੇ ਅਸੀਂ ਤਾਂ ਸੂਬੇ ਦੀ ਸਰਕਾਰ ਵਾਲੇ ਬੰਦੇ ਹਾਂ। ਇਹ ਫੈਸਲਾ ਕਿ ਕਿਸੇ ਹੋਰ ਦੇਸ਼ ਦੀ ਪੁਲਿਸ ਦੇ ਨਾਲ ਭਾਰਤ ਦੇ ਕਿਸੇ ਮਾਮਲੇ ਦੀ ਕੋਈ ਸਾਂਝੀ ਟੀਮ ਬਣਾ ਕੇ ਨਜਿੱਠਣਾ, ਉਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਹੈ। ਕੇਂਦਰ ਸਰਕਾਰ ਕਹਿੰਦੇ ਚਾਹੇਗੀ ਤਾਂ ਇਹ ਕੰਮ ਹੋਜੂ, ਕੇਂਦਰ ਸਰਕਾਰ ਨਹੀਂ ਚਾਹੇਗੀ ਤਾਂ ਨਾ ਕੰਮ ਹੋਊ। ਅਸੀਂ ਤਾਂ ਕਾਨੂੰਨ ਦੇ ਮੁਤਾਬਿਕ ਜਿਹੜੀਆਂ ਸ਼ਕਤੀਆਂ ਤੇ ਅਧਿਕਾਰ ਸਾਨੂੰ ਮਿਲਿਆ ਅਸੀਂ ਉਹਦਾ ਪ੍ਰਯੋਗ ਕਰਦੇ ਹਾਂ। ਇੱਕ ਜਿਹੜੀ ਬਹੁਤ ਮਹੱਤਵਪੂਰਨ ਗੱਲ ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦਾ ਕੇਂਦਰ ਬਿੰਦੂ ਬਣਨਾ, ਸੁਖਨੈਬ ਜੀ ਉਹ ਕਹਿ ਦਿੱਤੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਹ ਕਹਿੰਦੇ ਕਿ ਜਿਹੜੇ ਵੀ ਆਮ ਆਦਮੀ ਪਾਰਟੀ ਵਾਲੇ ਜਾਂ ਅਕਾਲੀ ਜਾਂ ਕੋਈ ਵੀ ਬੰਦਾ ਜੱਗੀ ਜੌਲ ਦੇ ਹੱਕ ਦੇ ਵਿੱਚ ਬਿਆਨ ਦਿੰਦਾ, ਉਹ ਸਮਝ ਲਓ ਕਿ ਪੰਜਾਬ ਦੇ ਦੇਸ਼ ਦਾ ਵਿਰੋਧੀ ਬੰਦਾ ਹੈ। ਤੇ ਉਹਨਾਂ ਕਹਿ ਤਾ ਕਿ ਸਾਡੇ ਕੋਲ ਪੁਖਤਾ ਸਬੂਤ ਨੇ, ਜਿਹਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਜੱਗੀ ਜੌਲ ਨੂੰ ਗ੍ਰਿਫ਼ਤਾਰ ਕੀਤਾ ਗਿਆ, ਤੇ ਅਸੀਂ ਇਹ ਸਬੂਤ ਬੇਹੱਦ ਜਲਦ ਕੁਝ ਦਿਨਾਂ ਦੇ ਅੰਦਰ ਅੰਦਰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ। ਅੱਗੋਂ ਉਹਨੂੰ ਕਸੂਰਵਾਰ ਠਹਿਰਾਉਣਾ ਜਾਂ ਉਹਨੂੰ ਛੱਡ ਦੇਣਾ ਇਹ ਮਾਣਯੋਗ ਅਦਾਲਤ ਦੇ ਉੱਤੇ ਨਿਰਭਰ ਕਰੇਗਾ। ਉਧਰ ਅਕਾਲੀ ਦਲ ਹੈ ਜੀ ਕਹਿੰਦਾ ਐਸ ਜੀ ਪੀ ਸੀ ਦੀ ਚੋਣ ਵੀ ਨੇੜੇ ਆ ਗਈ ਹੈ ਤੇ ਕਨਫਿਊਜ਼ਨ ਦੇ ਵਿੱਚ ਪਿਆ ਫਿਰਦਾ, ਭੰਬਲ ਭੂਸੇ ਚ ਹੈ ਜੀ, ਕੋਈ ਪੰਥਕ ਆਗੂ ਹੀ ਨਹੀਂ ਦਿੰਦਾ ਵੀ ਮੂਹਰੇ ਕੀਤਾ ਜਾਵੇ। ਸੁਖਨੈਬ ਜੀ ਦਿਨ ਥੋੜੇ ਰਹਿ ਗਏ, ਦੇਖੋ 24 ਤਰੀਕ ਆਪਣੇ ਨਿਬੜ ਚੱਲੀ ਹੈ, ਅਮਰੀਕਾ ਕੈਨੇਡਾ ਦੇ ਵਿੱਚ ਸ਼ੁਰੂ ਹੋਣ ਲੱਗੀ ਹੈ ਨਿਬੜ, ਉਹਨਾਂ ਦੀ ਵੀ ਜਾਣੀ ਹੈ, ਫਿਰ ਰਹਿ ਗਈ 25 ਤੇ 26। 27 ਤਰੀਕ ਇੰਪੋਰਟੈਂਟ ਹੋਣੀ ਹੈ, ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਜਾਣਾ, ਫਿਰ ਬਹੁਤੀਆਂ ਸਿਆਸੀ ਪਾਰਟੀਆਂ ਕੋਲ ਸਮਾਂ ਨਹੀਂ ਬਚਣਾ। 28 ਨੂੰ ਵੀ ਇਹ ਕੁਝ ਹੋਣਾ, 29 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਣੀ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਅਗਲਾ ਪ੍ਰਧਾਨ ਚੁਣਿਆ ਜਾਣਾ। ਹੁਣ ਸਿੱਖਾਂ ਦੀ ਮਿੰਨੀ ਪਾਰਲੀਮੈਂਟ, ਉਹਦੇ ਵਿੱਚ ਸਿੱਖਾਂ ਦੇ ਮਸਲੇ ਵਿਚਾਰਨੇ ਆ, ਪ੍ਰਧਾਨ ਚੰਗਾ ਹੋਣਾ ਚਾਹੀਦਾ ਜਾਂ ਪੰਜਾਬੀ ਚ ਕਹਿ ਲਈਏ ਚੱਜ ਦਾ ਹੋਣਾ ਚਾਹੀਦਾ। ਹੁਣ ਚੱਜ ਦਾ ਪ੍ਰਧਾਨ ਲੱਭਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੋ ਗਿਆ। ਹੁਣ ਸ਼੍ਰੋਮਣੀ ਅਕਾਲੀ ਦਲ ਸਰਗਰਮ ਕਿਉਂ ਹੋਇਆ, ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਇੱਕ ਪਾਸੇ ਜਥੇਦਾਰ ਸੁਖਦੇਵ ਸਿੰਘ ਭੌਰ ਉਹ ਸਰਗਰਮ ਨੇ, ਉਹਨਾਂ ਦੀ ਸਰਗਰਮੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤੰਗ ਕਰ ਰਹੀ ਹੈ। ਹਾਲਾਂਕਿ ਜੇ ਜਥੇਦਾਰ ਸੁਖਦੇਵ ਸਿੰਘ ਭੌਰ ਸਿਰਾ ਵੀ ਲਾ ਗਿਆ, ਪੂਰੀ ਤਾਕਤ ਵੀ ਲਾ ਗਿਆ, 40 ਤੋਂ ਵੱਧ ਐਸ ਜੀ ਪੀ ਸੀ ਦੇ ਮੈਂਬਰ ਸੁਖਨੈਬ ਜੀ ਉਹਨਾਂ ਦੇ ਨਾਲ ਨਹੀਂ ਆਉਣੇ, ਤੇ ਜੇ 40 ਮੈਂਬਰ ਉਹ ਲੈ ਵੀ ਗਿਆ, 125 ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਲ ਹੋਣਾ, ਉਹ ਜਿਹੜੇ ਵੀ ਬੰਦੇ ਨੂੰ ਚਾਹੁਣਗੇ ਬੜੇ ਆਰਾਮ ਦੇ ਨਾਲ ਪ੍ਰਧਾਨ ਬਣਾ ਲੈਣਗੇ। ਪਰ ਸੁਖਬੀਰ ਸਿੰਘ ਬਾਦਲ ਹੋਰੀ ਪਿਛਲੇ 8.5 ਮਹੀਨਿਆਂ ਤੋਂ ਇੱਕ ਗੱਲ ਕਰਕੇ ਚਿੰਤਤ ਨੇ ਜੀ। ਸੁਖਨੈਬ ਜੀ ਉਹ ਚਿੰਤਾ ਇਸ ਕਰਕੇ ਹੈ ਕਿਉਂਕਿ ਕਈ ਨਰੋਲ ਪੇਂਡੂ ਇਲਾਕੇ ਜਿਹੜੇ ਨੇ ਉਹਨਾਂ ਇਲਾਕਿਆਂ ਉਹਨਾਂ ਹਲਕਿਆਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਧਾਨ ਸਭਾ ਦੀਆਂ ਚੋਣਾਂ ਹਾਰੇ, ਤੇ ਜੇ ਸ਼ਹਿਰਾਂ ਚੋਂ ਹਾਰਨ, ਅਰਧ ਸ਼ਹਿਰੀ ਕੇਂਦਰਾਂ ਚੋਂ ਹਾਰਨ ਕੋਈ ਗੱਲ ਨਹੀਂ, ਪਰ ਨਿਰੋਲ ਪੇਂਡੂ ਇਲਾਕਿਆਂ ਦੇ ਵਿੱਚੋਂ ਹਾਰ, ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇੱਦਾਂ ਲੱਗਦਾ ਕਿ ਜਿਹੜੇ ਪੰਥਕ ਵੋਟਰ ਨੇ ਅਕਾਲੀ ਦਲ ਬਾਦਲ ਦੇ ਨਾਲੋਂ ਟੁੱਟ ਗਏ, ਉਹਨਾਂ ਨੇ ਟੁੱਟ ਕੇ ਵੋਟਾਂ ਕਿਸੇ ਹੋਰ ਪਾਸੇ ਪਾਈਆਂ, ਇਸੇ ਕਰਕੇ ਅਕਾਲੀ ਦਲ ਜਿਹੜਾ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਬੁਰੇ ਤਰੀਕੇ ਹਾਰਿਆ। ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦੇ 2-3 ਨਿਸ਼ਾਨੇ ਨੇ, ਉਹ ਚਾਹੁੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਲਾ ਪ੍ਰਧਾਨ ਉਹ ਹੋਵੇ ਜਿਹਦੀ ਪੰਥਕ ਵੋਟਰਾਂ ਦੇ ਵਿੱਚ ਕੁਝ ਵਕਤ ਹੋਏ, ਜਿਹੜਾ ਵਿਵਾਦ ਰਹਿਤ ਹੋਏ, ਜਿਹੜਾ ਲੋੜ ਪੈਣ ਦੇ ਉੱਤੇ ਖਾਸ ਤੌਰ ਤੇ ਲੋਕ ਸਭਾ ਦੀਆਂ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਵਿੰਗੀ ਟੇਢੀ ਸਿੱਧੀ ਪੁੱਠੀ ਕੋਈ ਮਦਦ ਵੀ ਕਰ ਸਕੇ, ਤਾਂ ਜੋ ਸਿੱਖ ਵੋਟਰ ਜਿਹੜੇ ਨੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਸਕਣ। ਇਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਮੀਟਿੰਗਾਂ ਸੁਖਨੈਬ ਜੀ ਪਿਛਲੇ ਸਮੇਂ 'ਚ ਹੋਈਆਂ, ਪਰ ਬਹੁਤ ਘੱਟ ਕੋਈ ਰੇਅਰ ਚਾਂਸ ਕੋਈ ਅਪਵਾਦ ਸਥਿਤੀ ਹੁੰਦੀ ਸੀ ਜਦੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਇਕੱਠੇ ਮੀਟਿੰਗ ਲੈਂਦੇ, ਪਰ ਹੁਣ ਜਦੋਂ ਦੇ ਸੁਖਦੇਵ ਸਿੰਘ ਭੌਰ ਹੋਰੀ ਸਰਗਰਮ ਹੋਏ ਨੇ, ਉਹਦੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 2 ਮੀਟਿੰਗਾਂ ਇਕੱਠੀਆਂ ਲਈਆਂ, ਜਿਹਦੇ ਵਿੱਚ ਕੁਝ ਇੱਕ ਜ਼ਿਲ੍ਹਿਆਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਬੁਲਾਏ ਗਏ। ਉਹਨਾਂ ਤੋਂ ਇਕੱਲਿਆਂ ਇਕੱਲਿਆਂ ਰਾਏ ਲਈ ਗਈ ਕਿ ਮੌਜੂਦਾ ਪ੍ਰਧਾਨ ਦੇ ਹਾਲਾਤ ਕੀ ਹੈ, ਨਵਾਂ ਪ੍ਰਧਾਨ ਜੇ ਬਣਾਉਣਾ ਹੋਵੇ ਕਿਹਨੂੰ ਬਣਾਈਏ, ਇਕੱਠਿਆਂ ਦੇ ਨਾਲ ਵੀ ਗੱਲਾਂ ਬਾਤਾਂ ਕੀਤੀਆਂ। ਹੁਣ ਇਸ ਮੁੱਦੇ ਦੇ ਉੱਤੇ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਬਡੂੰਗਰ ਸਾਹਿਬ ਦੇ ਦੁਬਾਰਾ ਚਾਂਸ ਬੜੇ ਘੱਟ ਨੇ, ਹਾਲਾਂਕਿ ਉਹਨਾਂ ਦਾ ਵੀ ਪਤਾ ਲੱਗਿਆ ਕਿ ਉਹ ਦੁਬਾਰਾ ਆਪ ਵੀ ਨਹੀਂ ਬਣਨਾ ਚਾਹੁੰਦੇ। ਉਹਨਾਂ ਨੇ ਅਸਮਰੱਥਾ ਜ਼ਾਹਿਰ ਕੀਤੀ ਹੈ ਕਿ ਮੈਨੂੰ ਹੋਰ ਕੋਈ ਕੰਮ ਦੇ ਦਿਓ, ਭਾਵੇਂ ਪਾਰਟੀ ਦਾ ਦੇ ਦਿਓ ਜਾਂ ਭਾਵੇਂ ਕਿਸੇ ਹੋਰ ਪਾਸੇ ਦੇ ਦਿਓ, ਮੈਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੀਸਰੀ ਵਾਰੀ ਪ੍ਰਧਾਨ ਨਹੀਂ ਬਣਨਾ ਚਾਹੁੰਦਾ। ਇੱਕ ਵਾਰੀ ਉਹ ਪਹਿਲਾਂ ਵੀ ਬਣਾ ਹਟੇ, ਦੂਸਰੀ ਵਾਰੀ ਚੱਲ ਰਹੀ ਹੈ। ਹੁਣ ਜੇ ਅਕਾਲੀ ਦਲ ਨੂੰ ਕੋਈ ਯੋਗ ਬੰਦਾ ਲੱਭਿਆ, ਯੋਗ ਤੋਂ ਭਾਵ ਸਿੱਖ ਸੰਗਤ ਦੇ ਲਈ ਯੋਗ ਨਹੀਂ, ਯੋਗ ਤੋਂ ਭਾਵ ਕਿ ਉਹਨਾਂ ਦੇ ਆਪਣੇ ਪੱਖ ਤੋਂ ਜਿਹੜਾ ਉਹਨਾਂ ਨੂੰ ਯੋਗ ਲੱਗਦਾ ਜੀ। ਹੁਣ ਜੇ ਤਾਂ ਸੁਖਨੈਬ ਜੀ ਉਹਨਾਂ ਨੂੰ ਯੋਗ ਬੰਦਾ ਲੱਭ ਪਿਆ, ਤਾਂ ਉਹਨਾਂ ਨੇ ਕਿਰਪਾਲ ਸਿੰਘ ਬਡੂੰਗਰ ਹੋਰਾਂ ਨੂੰ ਅਲਵਿਦਾ ਆਖ ਦੇਣੀ ਹੈ ਕਿ ਭਾਈ ਐਸ ਜੀ ਪੀ ਸੀ ਦੀ ਗੱਡੀ ਛੱਡ ਦਿਓ, ਆਪਣੀ ਗੱਡੀ ਪਿੰਡੋਂ ਮੰਗਵਾ ਕੇ ਉਹਦੇ ਵਿੱਚ ਬਹਿ ਕੇ ਚਲੇ ਜਾਓ।
ਜੇ ਉਹਨਾਂ ਨੂੰ ਨਾ ਲੱਭਿਆ ਜੀ ਤਾਂ ਹੋ ਸਕਦਾ ਹੈ ਸੁਖਨੈਬ ਜੀ ਕਿ ਉਹਨਾਂ ਨੂੰ ਦੁਬਾਰਾ ਇੱਕ ਸਾਲ ਦੇ ਲਈ ਕਹਿ ਦਿੱਤਾ ਜਾਵੇ ਕਿ ਜਿੱਥੇ ਇੰਨਾ ਗੱਡਾ ਅੱਗੇ ਨੂੰ ਤੋਰਿਆ ਥੋੜਾ ਜਿਹਾ ਕਦਮ ਹੋਰ ਚੱਲੋ। ਪਰ ਦੂਸਰੇ ਪਾਸੇ ਬਡੂੰਗਰ ਸਾਹਿਬ ਦੀ ਥਾਂ ਨਾਮਕੀ ਦਾ ਵਿਚਾਰਿਆ ਜਾਵੇ, ਨਾਮ ਵਿਚਾਰਿਆ ਜਾ ਰਿਹਾ ਸੇਵਾ ਸਿੰਘ ਸੇਖਵਾ ਦਾ ਵਿਵਾਦ ਕੋਈ ਨਹੀਂ, ਹੁਣ ਸੇਖਵਾ ਸਾਹਿਬ ਤੇ ਵਿਵਾਦ ਕੋਈ ਨਹੀਂ, ਪਰ ਇਹਦੇ ਬਾਵਜੂਦ ਵੀ ਸੇਵਾ ਸਿੰਘ ਸੇਖਵਾ ਹੋਰਾਂ ਦੇ ਬਾਰੇ ਇਹ ਮੰਨਿਆ ਜਾ ਰਿਹਾ ਕਿ ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਕੋਈ ਬਹੁਤ ਵੱਡੇ ਪੰਥਕ ਮਸਲੇ ਦੇ ਵਿੱਚ ਫਸਦਾ ਹੈ ਤਾਂ ਬਹੁਤ ਜ਼ਿਆਦਾ ਠੋਕ ਵਜਾ ਕੇ ਸਟੈਂਡ ਲੈਣ ਦੀ ਸਥਿਤੀ ਦੇ ਵਿੱਚ ਸੇਵਾ ਸਿੰਘ ਸੇਖਵਾ ਨਹੀਂ ਹੋਣਗੇ। ਇਸੇ ਕਰਕੇ ਉਹ ਪਿਛਲੇ 10-12 ਸਾਲਾਂ ਤੋਂ ਹਰ ਵਾਰੀ SCPC ਦੇ ਪ੍ਰਧਾਨਗੀ ਦੇ ਦਾਅਵੇਦਾਰ ਹੋਣ ਦੇ ਬਾਵਜੂਦ ਵੀ ਪਛੜਦੇ ਰਹੇ ਆ। ਦੋ ਲੀਡਰਾਂ ਦੇ ਨਾਂ ਸੁਖਨੈਬ ਜੀ ਹੋਰ ਚਰਚਾ ਦੇ ਵਿੱਚ ਨੇ, ਇੱਕ ਬੀਬੀ ਜਗੀਰ ਕੌਰ ਤੇ ਦੂਜੇ ਸਾਬਕਾ ਖੇਤੀਬਾੜੀ ਮੰਤਰੀ ਤੋਤਾ ਸਿੰਘ। ਹਾਲਾਂਕਿ ਅਕਾਲੀ ਦਲ ਦੇ ਕਿਸੇ ਲੀਡਰ ਨੇ ਨੀ ਕਿਹਾ ਕਿ ਇਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ, ਪਰ ਉਹਨਾਂ ਦੋਵਾਂ ਨੇ ਆਪਣੇ ਵੱਲੋਂ ਕਸਰ ਕੋਈ ਨੀ ਛੱਡੀ, ਹੈਗੇ ਵੀ ਵਿਹਲੇ ਹੀ ਨੇ। ਬੀਬੀ ਜੀ ਹੋਰਾਂ ਨੇ ਚੋਣ ਨੀ ਸੀ ਲੜੀ ਤੇ ਤੋਤਾ ਸਿੰਘ ਹੋਰੀ ਚੋਣ ਨਾ ਲੜਦੇ ਤੇ ਚੰਗੇ ਰਹੀਦੇ, ਜਿੰਨੀਆਂ ਵੋਟਾਂ ਦੇ ਨਾਲ ਹਾਰੇ ਆ। ਹੁਣ ਉਸ ਹਿਸਾਬ ਦੇ ਵਿੱਚ ਦੋਵੇਂ ਵਿਹਲੇ ਨੇ ਤੇ ਦੋਵਾਂ ਜਣਿਆਂ ਨੂੰ ਲੱਗਦਾ ਕਿ ਜੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਮਿਲ ਜਾਏ ਤਾਂ ਫਿਰ ਤਾਂ ਦੋਵਾਂ ਹੱਥਾਂ ਦੇ ਵਿੱਚ ਲੱਡੂ ਨੇ ਬੱਲੇ ਬੱਲੇ ਹੋਜੂ। ਪਰ ਇਹਨਾਂ ਦੋਵਾਂ ਦੇ ਰਸਤੇ ਦੇ ਵਿੱਚ ਇਹਨਾਂ ਦੇ ਅਦਾਲਤੀ ਮਾਮਲੇ ਆ ਰਹੇ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਗੱਲ ਭਲੀ ਭਾਂਤੀ ਜਾਣਦੇ ਆ ਕਿ ਜੇ ਉਹਨਾਂ ਨੇ ਐਤਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੋਈ ਵਿਵਾਦਮਈ ਬੰਦਾ ਬਣਾਤਾ, ਕਿਸੇ ਕੇਸ ਦੇ ਵਿੱਚ ਫਸਿਆ ਹੋਇਆ ਬੰਦਾ ਬਣਾਤਾ, ਤਾਂ ਸਿੱਖ ਸੰਗਤ ਦੇ ਨਾਲ ਜਿਹੜੀ ਮਾੜੀ ਮੋਟੀ ਤੰਦ ਜੁੜੀ ਹੋਈ ਹੈ ਉਹਦੇ ਵੀ ਟੁੱਟਣ ਦੇ ਆਸਾਰ ਬਣ ਜਾਣੇ ਆ। ਇਹਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2-3 ਮੈਂਬਰ ਐਸੇ ਨੇ ਜਿਨ੍ਹਾਂ ਦੇ ਉੱਤੇ ਬਾਦਲ ਪਰਿਵਾਰ ਨੂੰ ਯਕੀਨ ਤਾਂ ਹੈਗਾ ਉਹ ਪ੍ਰਧਾਨ ਬਣ ਵੀ ਸਕਦੇ ਆ, ਪਰ ਉਹਨਾਂ ਦੇ ਕੁਝ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਏਡੇ ਏਡੇ ਵੱਡੇ ਸ਼ਰਾਬ ਕਾਰੋਬਾਰੀ ਨੇ ਕਿ ਅਕਾਲੀ ਦਲ ਇਹਨਾਂ ਨੂੰ ਵੀ ਪ੍ਰਧਾਨ ਬਣਾ ਕੇ ਕੋਈ ਨਵਾਂ ਜੋਖਮ ਮੁੱਲ ਨਹੀਂ ਲੈਣਾ ਚਾਹੁੰਦਾ। ਇਹਦੇ ਤੋਂ ਇਲਾਵਾ 1-2 ਲੀਡਰਾਂ ਦੇ ਬਾਰੇ ਹੁਣ ਅਕਾਲੀ ਦਲ ਦੇ ਵਿੱਚ ਚਰਚਾ ਚੱਲਦੀ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਤੋਂ ਬਾਅਦ, ਤਲਵੰਡੀ ਹੋਰਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਧਾਰਮਿਕ ਲੀਡਰ ਜਿਹੜੇ ਨੇ ਉਹਨਾਂ ਦਾ ਥੋੜਾ ਜਿਹਾ ਘੱਟ ਹੈ, ਧਾਰਮਿਕ ਹਸਤੀਆਂ ਘੱਟ ਨੇ। ਤੇ ਹੁਣ ਇਸ ਵੇਲੇ ਜਿਹੜੇ 3-1 ਲੀਡਰ SCPC ਦੇ ਮੈਂਬਰ ਨਹੀਂ ਪਰ ਬਾਦਲ ਪਰਿਵਾਰ ਦੇ ਨੇੜੇ ਨੇ, ਉਹਨਾਂ ਨੂੰ ਬੜੀ ਜਲਦ ਜਦੋਂ ਆਉਣ ਵਾਲੀਆਂ ਚੋਣਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣਗੀਆਂ ਤਾਂ ਸੁਖਨੈਬ ਜੀ ਚੋਣ ਲੜਾ ਕੇ ਪ੍ਰਧਾਨਗੀ ਦੇ ਲਈ ਤਿਆਰ ਕੀਤਾ ਜਾਏਗਾ। ਸੋ ਹਾਲ ਦੀ ਘੜੀ ਅਕਾਲੀ ਦਲ ਆਪਣੀ ਕਿਸਮ ਦੇ ਸੰਕਟ ਦੇ ਵਿੱਚ ਫਸਿਆ ਹੋਇਆ ਕਿ ਕੋਈ ਐਸਾ ਲੀਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਲੱਭੇ ਜਿਹੜਾ SCPC ਨੂੰ ਵੀ ਚੰਗੀ ਤਰ੍ਹਾਂ ਸਾਂਭੇ, ਅਕਾਲੀ ਦਲ ਬਾਦਲ ਦਾ ਹੁਕਮ ਵੀ ਵਜਾਵੇ, ਹੋਵੇ ਵੀ ਮਾਲਵੇ ਦੇ ਨੇੜਿਓ ਤੇੜਿਓ ਜੇ ਬਠਿੰਡੇ ਨੂੰ ਹੋਵੇ ਤਾਂ ਵਧੀਆ, ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ 2019 ਦੀ ਚੋਣ ਵੀ ਲੋਕ ਸਭਾ ਦੀ ਲੜਨੀ ਹੈ, ਪੰਥਕ ਵੋਟਰ ਉਸ ਵੇਲੇ ਵੀ ਚਾਹੀਦਾ ਹੋਣਾ, ਐਸਾ ਪ੍ਰਧਾਨ ਕਿਹੜਾ ਹੋਵੇ ਜਿਹੜਾ ਡਟ ਕੇ ਉਦੋਂ ਮਦਦ ਵੀ ਕਰ ਸਕੇ ਤੇ ਪੰਥਕ ਵੋਟਰਾਂ ਦੇ ਵਿੱਚ ਪ੍ਰਭਾਵ ਕਾਇਮ ਵੀ ਰੱਖ ਸਕੇ। ਜੀ ਬਾਟ ਸਾਹਿਬ, ਜਿਹੜੀ ਦੂਸਰੀ ਖਬਰ ਹੈ ਸੋਚਣ ਵਾਸਤੇ ਮਜਬੂਰ ਵੀ ਕਰਦੀ ਹੈ ਕਿ ਪੰਜਾਬੀ ਭਾਸ਼ਾ ਦੇ ਵਾਸਤੇ ਪੰਜਾਬੀ ਵਿਦਿਆਰਥੀ ਆ ਜਿਹੜੇ ਜੀ ਉਹਨਾਂ ਦਾ ਮੋਹ ਘਟਦਾ ਜਾਂਦਾ। ਹੁਣ ਸੁਖਨੈਬ ਜੀ ਪਿਛਲੇ ਦਿਨੀ ਜਿਹੜੇ ਦਿਸ਼ਾ ਸੂਚਕ ਬੋਰਡ ਲੱਗੇ ਸੀ ਉਹਨਾਂ ਦੇ ਉੱਤੇ ਕਾਲਾ ਰੰਗ ਫੇਰਿਆ ਗਿਆ, ਪਰਚੇ ਦਰਜ ਹੋਏ, ਕੁਝ ਇੱਕ ਲੋਕ ਅਜੇ ਵੀ ਜੇਲ੍ਹ ਚ। ਇੱਕ ਪੰਡਿਤ ਰਾਓ ਧਰੇਨਵਰ ਹੋਰੀ 4 ਫੁੱਟ ਚੌੜਾ ਤੇ 2.5 ਫੁੱਟ ਉੱਚਾ ਬੋਰਡ ਆਪਣੇ ਮੋਢਿਆਂ ਤੇ ਟੰਗ ਕੇ ਸਾਰੇ ਪੰਜਾਬ ਚ ਘੁੰਮ ਫਿਰ ਰਿਹਾ ਕਿ ਭਾਈ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਜੇ ਤੁਸੀਂ ਪੰਜਾਬੀ ਹੋ ਕੇ ਪੰਜਾਬੀ ਨਾਲ ਮੋਹ ਨਹੀਂ ਰੱਖਦੇ ਤਾਂ ਬੜੀ ਮਾੜੀ ਗੱਲ। ਤੀਸਰੇ ਪਾਸੇ ਮੰਗ ਪੱਤਰਾਂ ਦੇ ਢੇਰ ਲੱਗੇ ਹੋਏ ਨੇ ਸਰਕਾਰ ਦੇ ਕੋਲ ਪੰਜਾਬੀ ਮਾਂ ਬੋਲੀ ਦੇ ਹੱਕ ਚ। ਹੁਣ ਜਿਹੜਾ ਨਵਾਂ ਮਸਲਾ ਸਾਹਮਣੇ ਆਇਆ ਕਿ ਠੀਕ ਹੈ ਅਸੀਂ ਸੂਚਨਾ ਬੋਰਡ ਜਿਹੜੇ ਆ ਪੰਜਾਬੀ ਚ ਲਵਾ ਦਿੱਤੇ, ਭਲਕ ਨੂੰ ਹੋ ਸਕਦਾ ਰੇਲਵੇ ਸਟੇਸ਼ਨਾਂ ਤੇ ਪੰਜਾਬ ਸੂਬੇ ਦੇ ਅੰਦਰ ਜਿਹੜੇ ਬੋਰਡ ਹੈ ਪੰਜਾਬੀ ਚ ਲੱਗ ਜਾਣ, ਕੁਝ ਇੱਕ ਹੋਰ ਜਿਹੜੀਆਂ ਥਾਵਾਂ ਦੇ ਉੱਤੇ ਗਲਤੀਆਂ ਹੋਈਆਂ ਪੰਜਾਬੀ ਚ ਹੋ ਜਾਣ। ਪਰ ਸਵਾਲ ਇਹ ਪੈਦਾ ਹੁੰਦਾ ਕਿ ਅਸੀਂ ਉੱਪਰੋਂ ਉੱਪਰੋਂ ਤਾਂ ਸਾਰਾ ਕੁਝ ਠੀਕ ਕਰੀ ਜਾਂਦੇ ਹਾਂ ਪਰ ਜੜ੍ਹਾਂ ਕਿੱਥੇ ਨੇ, ਕਿਤੇ ਜੜ੍ਹਾਂ ਸਾਡੀਆਂ ਸੁੱਕ ਰਹੀਆਂ ਤਾਂ ਨੇ? ਉੱਪਰੋਂ ਦਰਖਤ ਨੂੰ ਅਸੀਂ ਕੱਟੀ ਜਾਈਏ, ਵੱਢੀ ਜਾਈਏ, ਉਹਦੀ ਚੰਗੀ ਤਰ੍ਹਾਂ ਸ਼ਿੰਗਾਈ ਕਰੀ ਜਾਈਏ, ਉਹਨੂੰ ਸੋਹਣਾ ਬਣਾਈ ਜਾਈਏ, ਪਰ ਜਦੋਂ ਉਹਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਉਸ ਦਰਖਤ ਨੇ ਧੜਮ ਦੇਣੀ ਡਿੱਗ ਪੈਣਾ, ਤੁਸੀਂ ਬਚਾ ਨਹੀਂ ਸਕਦੇ। ਜਦੋਂ ਜੜ੍ਹਾਂ ਖੋਖਲੀਆਂ ਹੋ ਗਈਆਂ ਉਸ ਦਰਖਤ ਦਾ ਰੰਗ ਰੂਪ ਹੀ ਬਦਲ ਜਾਣਾ, ਉਹਨੇ ਬਹੁਤ ਜ਼ਿਆਦਾ ਨਿਰਾਸ਼ ਜਿਹਾ ਹੋ ਜਾਣਾ ਤੇ ਆਖਿਰਕਾਰ ਉਹਨੇ ਸੁੱਕਣ ਲੱਗ ਪੈਣਾ। ਪੰਜਾਬੀ ਭਾਸ਼ਾ ਦੇ ਬਾਰੇ ਜੇ ਆਪਾਂ ਇਹ ਕਹੀਏ ਕਿ ਬਹੁਤ ਵੱਡੇ ਖਤਰੇ ਦੇ ਵਿੱਚ ਆ ਤਾਂ ਸ਼ਬਦ ਜ਼ਿਆਦਾ ਭਾਰੀ ਹੋ ਜਾਂਦਾ, ਹੈਵੀ ਹੋ ਜਾਂਦਾ। ਆਪਾਂ ਇਹ ਕਹਿ ਸਕਦੇ ਹਾਂ ਕਿ ਚੁਣੌਤੀਆਂ ਬਹੁਤ ਵੱਡੀਆਂ ਕਿਉਂਕਿ ਅਸੀਂ ਜੜ੍ਹਾਂ ਤੋਂ ਟੁੱਟਦੇ ਜਾ ਰਹੇ ਹਾਂ। ਹੁਣ ਸੁਖਨੈਬ ਜੀ ਜਿਹੜਾ ਅੰਕੜਾ ਸਾਹਮਣੇ ਆਇਆ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕਿ 10ਵੀਂ ਤੱਕ ਤਾਂ ਸਾਨੂੰ ਸਾਰਿਆਂ ਨੂੰ ਲਾਜ਼ਮੀ ਪੰਜਾਬੀ ਪੜ੍ਹਨੀ ਹੋ ਪੈਂਦੀ ਹੈ, ਮਜਬੂਰੀ ਹੈ ਸਾਡੀ। ਪਰ ਉਹਦੇ ਤੋਂ ਬਾਅਦ ਕਿੰਨੇ ਕੁ ਬੱਚੇ ਨੇ
ਜਿਹੜੇ ਦਸਵੀਂ ਤੋਂ ਬਾਅਦ ਚੋਣਵੇਂ ਭਾਸ਼ਾ ਦੇ ਰੂਪ ਦੇ ਵਿੱਚ ਜਾਂ ਚੋਣਵੇਂ ਵਿਸ਼ੇ ਦੇ ਰੂਪ ਦੇ ਵਿੱਚ ਪੰਜਾਬੀ ਭਾਸ਼ਾ ਪੜ੍ਹਦੇ ਆ। ਹੁਣ 1995 ਦਾ ਅੰਕੜਾ ਤੇ 2017 ਦਾ ਅੰਕੜਾ, 1995 ਦੇ ਵਿੱਚ ਜਿੰਨੇ ਵਿਦਿਆਰਥੀ 11ਵੀਂ ਜਮਾਤ ਚ ਦਾਖਲ ਹੋਏ ਸੀ ਉਹਨਾਂ ਵਿੱਚੋਂ 40% ਨੇ, 40% ਉਹਨਾਂ ਨੇ ਪੰਜਾਬੀ ਭਾਸ਼ਾ ਚੋਣਵੇਂ ਵਿਸ਼ੇ ਵਜੋਂ ਪੜ੍ਹੀ। ਤੇ ਹੁਣ 1995 ਤੋਂ 2017 ਤੱਕ ਦੇ 22 ਸਾਲਾਂ ਦੇ ਵਿੱਚ ਇਹ ਅੰਕੜਾ 40% ਤੋਂ ਘੱਟ ਕੇ 24 ਰਹਿ ਗਿਆ, ਜਾਣੀ ਕਿ ਅਸੀਂ ਚੌਥਾ ਹਿੱਸਾ ਵੀ ਨਹੀਂ ਰਹਿ ਗਿਆ ਜਿਹੜੇ ਦਸਵੀਂ ਤੋਂ ਗਾਂਹ ਚੋਣਵੇਂ ਵਿਸ਼ੇ ਵਜੋਂ ਪੰਜਾਬੀ ਭਾਸ਼ਾ ਪੜ੍ਹਦੇ ਹਾਂ। ਚਲੋ ਮੰਨ ਲੈਂਦੇ ਹਾਂ ਕਿ ਮੈਡੀਕਲ, ਨੋਨ ਮੈਡੀਕਲ, ਕਾਮਰਸ, IT, ਹੋਰ ਤਕਨੀਕੀ ਕੋਰਸਿਸ ਜਿਹੜੇ ਨੇ ਉਧਰਲੇ ਪਾਸੇ ਨੂੰ ਸਾਡੇ ਵਿਦਿਆਰਥੀਆਂ ਦਾ ਵੱਧ ਲੈਣਾ ਦੇਣਾ, ਝੁਕਾਅ ਵੱਧ ਹੈ ਕਿਉਂਕਿ ਰੁਜ਼ਗਾਰ ਦੇ ਮੌਕੇ ਵੱਧ ਨੇ, ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਰਸਤੇ, ਕਈ ਤਰ੍ਹਾਂ ਦੇ ਫਾਟਕ ਖੁੱਲਦੇ ਨੇ ਤੇ ਉਧਰਲੇ ਪਾਸੇ ਧਿਆਨ ਹੈ। ਪਰ ਆਪਾਂ ਗੱਲ ਕਰਦੇ ਜਿਹੜੇ ਆਰਟਸ ਵਿਸ਼ੇ ਦੇ ਵਿੱਚ ਪੜ੍ਹਦੇ ਆ, ਹੁਣ ਜਿਹਨਾਂ ਨੇ ਆਰਟਸ ਦਾ ਵਿਸ਼ਾ ਲਿਆ ਹੋਇਆ ਉੱਥੇ ਤਾਂ ਪੰਜਾਬੀ ਚੋਣਵੀ ਰੱਖਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਉਹ ਪਾਬੰਦੀ ਨਹੀਂ। ਪਰ ਇਧਰਲੇ ਪਾਸੇ ਵੀ ਹਾਲਾਤ ਇਹ ਨੇ ਕਿ ਜਿੱਥੇ 1995 ਦੇ ਵਿੱਚ 46% ਆਰਟਸ ਵਾਲੇ ਵਿਦਿਆਰਥੀ ਪੰਜਾਬੀ ਪੜ੍ਹਦੇ ਸੀ, ਉਹਨਾਂ ਦੀ ਗਿਣਤੀ 11% ਘੱਟ ਕੇ ਹੁਣ 35 ਰਹਿ ਗਈ ਹੈ। ਚਲੋ ਇਹ ਤਾਂ ਗੱਲ ਸੀ ਕਿ ਅਸੀਂ ਦਸਵੀਂ ਤੋਂ ਬਾਅਦ ਪੰਜਾਬੀ ਭਾਸ਼ਾ ਨੂੰ ਆਪਣੀ ਹਿੱਕ ਦੇ ਨਾਲ ਕਿੰਨਾ ਕੁ ਲਾ ਕੇ ਰੱਖਦੇ ਹਾਂ। ਦੂਸਰੇ ਪਾਸੇ ਦਸਵੀਂ ਤੱਕ ਪਹੁੰਚਣ ਦੇ ਲਈ, ਚੋਣਵਾਂ ਪੰਜਾਬੀ ਵਿਸ਼ਾ ਪੜ੍ਹਨ ਦੇ ਲਈ ਸੁਖਨੈਬ ਚ ਅਸੀਂ ਜਾਂਦੇ ਕਿੱਧਰ ਨੂੰ? ਪੰਜਾਬ ਦੇ ਵਿੱਚ ਇੱਕ NGO ਚੱਲਦੀ ਹੈ ਪ੍ਰਥਮ, ਉਸ NGO ਨੇ ਇੱਕ ਸਾਲਾਨਾ ਰਿਪੋਰਟ ਤਿਆਰ ਕੀਤੀ, ਬੜੀ ਵਿਸਥਾਰਤ ਰਿਪੋਰਟ ਹੈ। ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਸੰਬੰਧਿਤ ਚੌਥੀ ਜਮਾਤ ਦੇ ਤਕਰੀਬਨ 46% ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਦੂਸਰੀ ਜਮਾਤ ਦੀ ਕਿਤਾਬ ਪੜ੍ਹਨੀ ਨਹੀਂ ਆਉਂਦੀ, ਇੱਥੋਂ ਤੱਕ ਕਿ ਉਹ ਪਹਿਲੀ ਜਮਾਤ ਦੀ ਜਿਹੜੀ ਕਿਤਾਬ ਹੈ ਜਿਹੜੀ ਬਹੁਤ ਜ਼ਿਆਦਾ ਸਰਲ ਭਾਸ਼ਾ ਦੇ ਵਿੱਚ ਲਿਖੀ ਹੁੰਦੀ ਹੈ, ਛੋਟੇ ਛੋਟੇ ਵਾਕ ਹੁੰਦੇ ਨੇ, ਵਾਕ ਬਣਤਰ ਜਿਹੜੀ ਹੈ ਬੜੀ ਸਰਲ ਹੁੰਦੀ ਹੈ, ਉਹ ਚੌਥੀ ਜਮਾਤ ਦੇ ਵਿਦਿਆਰਥੀ ਪਹਿਲੀ ਜਮਾਤ ਦੀ ਕਿਤਾਬ ਵੀ ਨਹੀਂ ਪੜ੍ਹ ਸਕਦੇ। ਇੱਥੋਂ ਤੱਕ ਕਿ ਉਹਨਾਂ ਨੇ ਕਹਿ ਦਿੱਤਾ ਕਿ 4.5% ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਊੜਾ ਜਿਹੜਾ ਵੇਖ ਕੇ ਵੀ ਪੜ੍ਹਨਾ ਨਹੀਂ ਆਉਂਦਾ। ਤੇ ਸੁਖਨੈਬ ਜੀ, ਜੇ ਇਸ ਪੰਜਾਬ ਸੂਬੇ ਦੇ ਵਿੱਚ ਪੰਜਾਬੀ ਭਾਸ਼ਾ ਦਾ ਬੇਸ ਇੰਨਾ ਕਮਜ਼ੋਰ ਹੋ ਜਾਏਗਾ, ਜੇ ਇਸ ਪੰਜਾਬੀ ਭਾਸ਼ਾ ਦਾ ਆਧਾਰ ਇੰਨਾ ਜਿਹੜਾ ਉਹ ਕਮਜ਼ੋਰ ਹੋ ਜਾਏਗਾ, ਉਹ ਫਿਰ ਅੱਗੋਂ ਜਾ ਕੇ ਅਸੀਂ ਕਿਵੇਂ ਉਮੀਦ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਉੱਤੇ ਇਹਨਾਂ ਬੱਚਿਆਂ ਦੀ ਪਕੜ ਜਿਹੜੀ ਹੈ ਬਹੁਤ ਮਜ਼ਬੂਤ ਹੋ ਜਾਏਗੀ? ਚਲੋ ਮੰਨਿਆ ਕਿ ਅੱਜ ਕਾਰੋਬਾਰ ਪੰਜਾਬੀ ਭਾਸ਼ਾ ਚ ਬਹੁਤੇ ਨਹੀਂ ਮਿਲਦੇ, ਮੰਨਿਆ ਕਿ ਅਸੀਂ ਵਪਾਰ, ਰੁਜ਼ਗਾਰ ਤੇ ਕਾਰੋਬਾਰ ਦੀ ਭਾਸ਼ਾ ਪੰਜਾਬੀ ਨੂੰ ਨਹੀਂ ਬਣਾ ਸਕੇ, ਪਰ ਬਹੁਤ ਸਾਰੇ ਸਿੱਖਿਆ ਸ਼ਾਸਤਰੀ, ਬਹੁਤ ਸਾਰੇ ਭਾਸ਼ਾ ਵਿਗਿਆਨੀ ਇਹ ਗੱਲ ਵੀ ਤਾਂ ਦੇਸ਼ ਵਿਦੇਸ਼ ਤੇ ਠੋਕ ਕੇ ਕਹਿੰਦੇ ਆ ਨਾ ਕਿ ਜੇ ਤੁਸੀਂ ਕਿਸੇ ਹੋਰ ਭਾਸ਼ਾ ਨੂੰ ਸਿੱਖਣਾ ਹੈ ਉਹ ਤੁਸੀਂ ਉਨੀ ਆਸਾਨੀ ਦੇ ਨਾਲ ਸਿੱਖ ਸਕੋਗੇ ਜਿੰਨੀ ਵੱਧ ਮਹਾਰਤ ਤੁਹਾਨੂੰ ਆਪਣੀ ਮਾਤ ਭਾਸ਼ਾ ਦੇ ਉੱਤੇ ਹੈ, ਕਿਉਂਕਿ ਬੇਸ ਤੁਹਾਡਾ ਉਹੀ ਨਹੀਂ ਕੰਮ ਕਰਨਾ, ਉਹਦੇ ਤੋਂ ਅੱਗੇ ਤੁਸੀਂ ਵਧਣਾ। ਹੁਣ ਦੇਖਦੇ ਹਾਂ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਨੇ ਕਿ ਪੰਜਾਬੀ ਨੂੰ ਅਸੀਂ ਉੱਪਰੋਂ ਭਾਵੇਂ ਪੋਚੇ ਮਾਰੀ ਜਾਂਦੇ ਹਾਂ ਜਿਹੜੇ ਸੂਚਨਾ ਬੋਰਡਾਂ ਦੇ ਉੱਤੇ, ਭਾਵੇਂ ਅਸੀਂ ਸੁਪਰੀਮ ਕੋਰਟ 'ਚ ਲੜਾਈ ਲੜੀ ਜਾਂਦੇ ਹਾਂ, ਬਹੁਤ ਕੁਝ ਕਰਦੇ ਹਾਂ, ਪਰ ਜਦੋਂ ਤੱਕ ਜੜ੍ਹਾਂ ਵਾਲੇ ਪਾਸੇ ਸਾਡਾ ਧਿਆਨ ਪੂਰਾ ਨਹੀਂ, ਉਨੀ ਦੇਰ ਕਿਤੇ ਨਾ ਕਿਤੇ ਖਤਰਾ ਕਹਿ ਲਈਏ, ਚੁਣੌਤੀ ਕਹਿ ਲਈਏ, ਉਹ ਸਾਰਾ ਕੁਝ ਸਾਡੇ ਸਾਹਮਣੇ ਤੇ ਸਾਡੀ ਭਾਸ਼ਾ ਦੇ ਸਾਹਮਣੇ ਖੜਾ ਹੀ ਰਹਿਣਾ ਹੈ ਜੀ। ਤੇ ਇਧਰ ਸੇਮ ਦਾ ਪ੍ਰੋਜੈਕਟ ਹੈ ਜਿਹੜਾ ਅਦਵਿਤਾਲੇ ਲਟਕ ਗਿਆ ਜੀ, ਸੇਮ ਹੋ ਗਈ। ਸੁਖਨੈਬ ਜੀ, ਸੇਮ ਨੇ ਬੜਾ ਕੰਮ ਖਰਾਬ ਕੀਤਾ ਸੀ ਪਿਛਲੇ ਸਮੇਂ ਦੇ ਵਿੱਚ, ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਕਦੇ ਸੇਮ ਦੀ ਬਹੁਤੀ ਵੱਡੀ ਸਮੱਸਿਆ ਪੁਰਾਣੇ ਸਮੇਂ ਦੇ ਵਿੱਚ ਬਹੁਤੇ ਇਲਾਕਿਆਂ 'ਚ ਨਹੀਂ ਸੀ ਆਉਂਦੀ, ਕਈ ਇਲਾਕਿਆਂ 'ਚ ਆ ਜਾਂਦੀ ਸੀ, ਪਰ ਪਿਛਲੇ ਸਮੇਂ ਦੇ ਵਿੱਚ ਕੁਝ ਐਸੀਆਂ ਤਬਦੀਲੀਆਂ ਆਈਆਂ ਜਿਹਦੇ ਕਰਕੇ ਸੇਮ ਨੇ ਪੰਜਾਬ ਸੂਬੇ ਦਾ ਇੱਕ ਵੱਡੀ ਪੱਧਰ ਦੇ ਉੱਤੇ ਜਿਹੜਾ ਰਕਬਾ ਹੈ ਉਸ ਰਕਬੇ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਤਾ। ਚਲੋ ਨੁਕਸਾਨ ਪਹੁੰਚਾਤਾ, ਸੇਮ ਆ ਗਈ, ਪਾਣੀ ਖੜਾ ਹੋਣ ਲੱਗ ਪਿਆ, ਫਸਲ ਬੀਜ ਨਹੀਂ ਸੀ ਹੁੰਦੀ, ਜੇ ਫਸਲ ਬੀਜ ਹੁੰਦੀ ਸੀ ਤਾਂ ਅੱਗੋਂ ਜਾ ਕੇ ਫਸਲ ਜਿਹੜੀ ਆ ਵੱਡੀ ਨਹੀਂ ਸੀ ਹੁੰਦੀ, ਖਰਾਬ ਹੋ ਜਾਂਦੀ ਸੀ, ਕਈ ਕੁਝ ਹੋ ਗਿਆ। ਚਲੋ ਕੇਂਦਰ ਸਰਕਾਰ ਨੂੰ ਬੇਨਤੀਆਂ ਕੀਤੀਆਂ ਪੰਜਾਬ ਦੀਆਂ ਸਰਕਾਰਾਂ ਨੇ, ਡਾਕਟਰ ਮਨਮੋਹਨ ਸਿੰਘ ਹੋਰੀ ਪ੍ਰਧਾਨ ਮੰਤਰੀ ਹੁੰਦੇ ਸੀ ਤੇ ਇਧਰਲੇ ਪਾਸੇ ਬਾਦਲ ਸਾਹਿਬ ਮੁੱਖ ਮੰਤਰੀ, ਭਾਵੇਂ ਬਾਦਲ ਸਾਹਿਬ ਨੇ ਬਹੁਤ ਕਿਹਾ ਕਿ ਕੇਂਦਰ ਸਰਕਾਰ ਵਿਤਕਰਾ ਕਰਦੀ ਆ, ਨਹੀਂ ਦਿੰਦੀ ਆ, ਉਹ ਨਹੀਂ ਦਿੰਦੀ, ਪਰ ਮਨਮੋਹਨ ਸਿੰਘ ਹੋਰਾਂ ਨੇ ਕਦੇ ਖਾਲੀ ਨਹੀਂ ਸੀ ਮੋੜਿਆ ਪੰਜਾਬ ਦੀ ਸਰਕਾਰ ਨੂੰ, ਜਿਹੜੀ ਮਰਜ਼ੀ ਪਾਰਟੀ ਦੀ ਸੀ। ਉਹਦੇ ਤੋਂ ਬਾਅਦ ਸੇਮ ਰੁਕੂ ਪ੍ਰੋਜੈਕਟ ਸ਼ੁਰੂ ਹੋਇਆ, ਉਸ ਪ੍ਰੋਜੈਕਟ ਦੀ ਯੋਜਨਾ ਜਿਹੜੀ ਹੈ 2012 ਚ ਬਣਦੀ ਹੈ। ਮੁਕਤਸਰ, ਫਰੀਦਕੋਟ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦਾ ਬਹੁਤ ਵੱਡਾ ਇਲਾਕਾ, ਗੁਰਦਾਸਪੁਰ ਤੇ ਰੋਪੜ ਦਾ ਥੋੜਾ ਜਿਹਾ ਇਲਾਕਾ, ਇਹਨਾਂ ਦੇ ਵਿੱਚ ਸੇਮ ਦਾ ਖਾਤਮਾ ਕਰਨਾ ਸੀ।
960 करोड़ रुपये का प्लैन बनिया। केंद्रीय टीम ने जो आके जायजा लिया 960 करोड़ चो 720 करोड़ केंद्र ने देना सी, 240 करोड़ रुपया पंजाब सरकार ने अपने हिस्से का पाना सी। यूपीए की सरकार से डॉक्टर मनमोहन सिंह होर की, उन्होंने 240 करोड़ रुपया पहली किश्त के रूप में अपना भेज दिता। 80 करोड़ रुपया पंजाब ने पाना सी पाता। प्रोजेक्ट मार्च 2014 शुरू हो गया। यह 2014 का वरा उ वरा है जो डॉक्टर मनमोहन सिंह होरी 10 साल का राज भारत से करके अलविदा आ गए, तो नरेंद्र दमोदर दास मोदी साहब भारत के बनते हैं प्रधानमंत्री, अच्छे दिन आने वाले हैं। तो जो प्रधानमंत्री बनते हैं उदो फिर कम जिहड़ा वो दूसरे पड़ा से पहुंच जाता है। पंजाब दे विच सीम वाले प्रोजेक्ट का 300 करोड़ रुपया बनाई गई योजना के मुताबिक पंजाब नूं केंद्र का होर मिलना सी, पर केंद्र सरकार ने 300 करोड़ नहीं दिता, दिता रुपया 200 करोड़, 65 करोड़ रुपया पंजाब ने पाता। हुण 100 करोड़ जिहड़ा घट मिलिया उहदे नाल प्रोजेक्ट अध विचाले लटक गया, पूरा होया ही ना, अधूरा रह गया। 31 मार्च 2017 तक मुकम्मल होना सी, सुखना नवंबर भी लंघ चलिया, 7-8 महीने उपर लै रहा। जदों फिर केंद्र सरकार तो पंजाब सरकार ने पूछा जाके कि देखो जी रुपया 100 करोड़ रहिंदा तुसीं दे दिओ, आपां सेम का प्रोजेक्ट मुकम्मल कर लिए, सेम दे नाले कढ दित्ते है, बहुत सारे इलाकों के सेम खत्म हो गई है, आपां दुबारा सेम आउण नहीं देनी, इस करके सारे काम जरूरी ने। केंद्र सरकार आलिया ने ढिले जिहे मूंह दे नाल कहता कि तुहानूं हुण 200 करोड़ ही मिलना सी, क्योंकि 100 करोड़ रुपया असीं महाराष्ट्र नूं भेजता, उत्थे सोका बहुत पिया सी। चलो पंजाब दे हिस्से दा 100 करोड़ उत्थे भेज दिता, क्योंकि पंजाब दे विच तां लोकसभा दीआं सीटां ही 13 ने, महाराष्ट्र दे विच सुखना बहुत सीटां, पंजाब दे विच तां सरकारां ही किसी होर दीआं ने। महाराष्ट्र दे विच दविंदर फडणवीस भारतीय जनता पार्टी वालिआं दा अपना लीडर है, अपना मुख्यमंत्री है, लाडला मुख्यमंत्री है। ते हुण जे तां केंद्र सरकार ने आउण वाले समें दे विच पंजाब दे हिस्से दे बणदे 100 करोड़ रुपये जिहड़े कि हुण प्रोजेक्ट की लागत वधण दे करके 280 करोड़ दे नेड़े जा पए देते, तां सेम वाला प्रोजेक्ट चलदा रहेगा, नहीं तो फिर अध विचाले फंडा दे सोके दे करके पंजाब दे कई इलाके जिहड़े दुबारा सेम दे नाल डुब भी सकदे आ जी। इधरों शराब का कारोबार है जिहड़ा जी, इहदे ते कहिंदे कैप्टन अमरिंदर सिंह होरां दी अख टिक गई। सुखनैप जी, पंजाब दे विच आपां कल भी गल कीती सी कि सियासतदानां ने एक माड़ी पिरत पाती मुफ्त मुफ्त देण दी, सब कुछ खजाने ते माड़ा असर पिया, ते असीं अज खजाने के पक्ष तो वित्त के पक्ष तो अपन लत्तां ते आप खड़न जोगे नहीं, खाली पिया खजाना। पर जो शराब है, शराब का कारोबार है, उहदे उत्ते सारियां सियासी पार्टियां जिहड़ियां मीर बन रही, बादल साहब की सरकार वेले याद होएगा सुखनैप जी रेडियो चन प्रदेशी के स्रोतियां नूं, कि उन्होंने एक सैस लाता सी, ना रखा सी एजुकेशन सैस, कि जिनी वध शराब विकेगी उन्ना ही वध पैसा साडे कोल आएगा, ते असीं उहनूं पंजाब दे बच्चियां दी सिक्ख्या ते खर्चांगे। देखो किहो जिहा सूबा, असीं इत्थे सिक्ख्या दे खेतर दे विच पैसे खर्चण दे लई शराब वध तों वध वेचण दा प्रचार करदे हां। हुण उहदे तों बाद ठेकियां दी गिणती बड़ी करती, किथे चार चार पांच पांच पिंडां दे विच इक ठेका हुंदा सी, इक पिंड दे विच दो दो ठेके होण लग पए। जे को आखदा क्या कि करी जाने, कहिंदे कमाई इहदे तों हुंदी आ, सड़कां सुड़कां बणाउणियां कि नहीं बणाउणियां, कहिण दा भाव है कि पिछली सरकार दी मीर बन रही सी। ते हुण कैप्टन अमरिंदर सिंह होरी पंजाब दे खाली खजाने नूं वेख के दुखी बहुत ने कि भाई ये की गल होगी, खजाना खाली नहीं सी, उहनां चाहीदा भरिया चाहीदा सी। उन्होंने भी देख लिया कि भाई होर किसे पासिओ तां पैसा ते लाउण दी उम्मीद नहीं, आपां खंड पत्ती सारा कुछ जिहड़ा लोकां नूं मुफ्त देण दा वादा कीता, आपां शराब वाले कारोबार ते ध्यान रखदे, क्योंकि शराब नहीं किसी ने भी कहा कि असीं घट रेट ते देंगे जां मुफ्त देंगे। हुण शराब दा कारोबार जिहड़ा है उहनूं कैप्टन अमरिंदर सिंह किस तरीके बदलण तबदील करन जिहदे नाल सरकार नूं पैसे वध आउण, इस गल का जिक्र करन तों पहलां आपां नूं पिछे जाणा पएगा 1.5-2 साल। सुखनैप जी, इहदी गल याद होएगी रेडियो चन प्रदेशी दे स्रोतियां नूं कि एक्साइज पॉलिसी चली जाती सी पुराने समय तों, पर एक्साइज पॉलिसी दे विच पिछली वार बादल साहब की सरकार सी, उन्होंने एक बहुत वड्डी तब्दीली की। हुंदा की सी कि प्राइवेट बंदियां ने शराब बनाउण दीआं फैक्टरियां लाईआं, इधरले पासे शराब वेचण वाले ठेके ने जिथे अधिया पाईआ बोतल सारा कुछ विकदा है, ते जिहड़े शराब दे निजी ठेकेदार ने उह फैक्टरी चों शराब जिन्नी चाहीदी सी आर्डर करदे सी, आ जांदी सी, अगे वेच दिंदे सी। पर पिछली एक्साइज पॉलिसी दे विच सुखनैप जी एक अमेंडमेंट कर दित्ती, एक सोध करती कि हर एक छोटा मोटा ठेकेदार फैक्टरी जाके ने छुरा चक के तुरपू कि सानू इन्नियां मकनावल दियां दे दिओ, इन्नियां रॉयल टैग दियां दे दिओ, इन्नियां सिग्नेचर दियां दे दिओ, इन्नियां इहदियां दे दिओ, हुण जिन्ने कि नां उहदे मैं गिणते। हुण उह कहिंदे कि तुसीं नहीं जाणा,
ਸੁਖਨੈਬ ਜੀ, ਇੱਥੇ ਇੰਨਾ ਕੁ ਪੱਤਰਕਾਰ ਭਾਈਚਾਰੇ ਜਿਹੜਾ ਜਾਣਨਾ ਹੀ ਪੈਂਦਾ, ਭਾਵੇਂ ਕਿ ਕਈਆਂ ਨੂੰ ਰਾਤ ਨੂੰ ਪਤਾ ਵੀ ਨਹੀਂ ਲੱਗਦਾ ਕੇਂਦਰ ਨੂੰ ਜਾਂਦੀ ਕਿਹੜੀ ਹੈ। ਹੁਣ ਸੁਖਨੈਬ ਜੀ, ਹੋਇਆ ਕਿ ਅੱਗੇ ਵਾਲੇ ਮਸਲੇ ਤੇ ਬਾਦਲ ਸਾਹਿਬ ਦੀ ਸਰਕਾਰ ਕਹਿੰਦੀ ਕਿ ਨਹੀਂ, ਤੁਹਾਡਾ ਕੰਮ ਹੈ ਕਿ ਤੁਸੀਂ ਪੰਜਾਬ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਬੈਠ ਕੇ ਸ਼ਰਾਬ ਵੇਚਣੀ ਹੈ, ਤੁਸੀਂ ਫੈਕਟਰੀ ਨਹੀਂ ਜਾਣਾ। ਫੈਕਟਰੀ ਚੋਂ ਸ਼ਰਾਬ ਖਰੀਦਣ ਦੇ ਲਈ ਥੋਕ ਦੇ ਠੇਕੇਦਾਰ ਬਣਾਤੇ ਚਾਰ ਪੰਜ ਵੱਡੇ 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 ਢਿੱਡਾਂ ਵਾਲੇ ਬੰਦੇ ਕਿ ਤੁਸੀਂ ਕੁਝ ਨਹੀਂ ਕਰਨਾ, ਨਾ ਤੁਸੀਂ ਲੋਕਾਂ ਨੂੰ ਸ਼ਰਾਬ ਵੇਚਣੀ ਹੈ, ਨਾ ਤੁਸੀਂ ਫੈਕਟਰੀ ਲਾ ਕੇ ਸ਼ਰਾਬ ਬਣਾਉਣੀ ਹੈ, ਤੁਸੀਂ ਬਸ ਫੈਕਟਰੀ ਤੋਂ ਸਮਾਨ ਚੱਕਣਾ ਹੈ, ਅੱਗੇ ਪ੍ਰਚੂਨ ਚ ਵੇਚਣ ਵਾਲਿਆਂ ਨੂੰ ਦੇ ਦੇਣਾ ਤੇ ਮੋਟੀ ਕਮਾਈ ਤੁਸੀਂ ਇੱਥੇ ਬੈਠ ਕੇ ਕਰੀ ਜਾਣੀ ਹੈ। ਇੱਕ ਨਵੀਂ ਕਲਾਸ ਪੈਦਾ ਕਰ ਦਿੱਤੀ ਸੀ, ਲਾਇਸੈਂਸ ਦੇ ਤਾ ਨਵਾਂ। ਬੜਾ ਵਿਰੋਧੀ ਪਾਰਟੀਆਂ ਨੇ ਰੌਲਾ ਪਾਇਆ ਕਿ ਭਾਈ ਮਾੜੀ ਗੱਲ ਹੈ, ਆਪਣੇ ਬੰਦਿਆਂ ਨੂੰ ਆਰਥਿਕ ਲਾਭ ਦੇਣ ਦੇ ਲਈ ਇਹ ਕੰਮ ਕੀਤਾ, ਜੇ ਇਹਨਾਂ ਬੰਦਿਆਂ ਨੇ ਵੇਚਣੀ ਹੈ ਜਦ ਸਿੱਧੀ ਖਰੀਦੀ ਲਿਆਉਂਦੇ ਸੀ, ਤੁਸੀਂ ਵਿੱਚ ਬੰਦੇ ਹੋਰ ਕਿਉਂ ਪਾਏ। ਉਹਦੇ ਤੋਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਆ ਗਈ, ਮਾਰਚ ਮਹੀਨੇ ਦੇ ਵਿੱਚ ਬਣੀ, 1 ਅਪ੍ਰੈਲ ਤੋਂ ਨਵੀਂ ਐਕਸਾਈਜ਼ ਪਾਲਿਸੀ ਲਾਗੂ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਨੇ ਉਦੋਂ ਵੀ ਰੌਲਾ ਪਾਇਆ ਕਿ ਆਪਾਂ ਸਰਕਾਰੀ ਠੇਕੇ ਖੋਲਦੇ ਹਾਂ। ਉਦੋਂ ਫਿਰ ਪੰਜਾਬ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੀ ਸੁਰੇਸ਼ ਕੁਮਾਰ, ਅੱਜ ਵੀ ਹੈਗੇ ਨੇ, ਉਹ ਕਹਿੰਦੇ ਨਹੀਂ, ਦਿਨ ਆਪਣੇ ਕੋਲ 15, ਹੁਣ ਐਕਸਾਈਜ਼ ਪਾਲਿਸੀ ਬਣੀ ਹੋਈ ਹੈ, ਆਪਾਂ ਇੰਨੇ ਘੱਟ ਦਿਨਾਂ ਦੇ ਵਿੱਚ ਉਹ ਪ੍ਰਬੰਧ ਨਹੀਂ ਕਰ ਸਕਦੇ, ਅਗਲੇ ਵਾਰੀ ਵੇਖਾਂਗੇ। ਕੈਪਟਨ ਸਾਹਿਬ ਦੀ ਸਰਕਾਰ ਨੇ ਕੰਮ ਨਹੀਂ ਸੀ ਛੱਡਿਆ, ਇਹਨਾਂ ਨੇ ਆਪਣੇ ਕੁਝ ਇੱਕ ਅਧਿਕਾਰੀ ਭੇਜੇ, ਕੋਈ ਤਾਮਿਲਨਾਡੂ ਭੇਜਿਆ, ਕੋਈ ਹਰਿਆਣੇ ਭੇਜਿਆ, ਕੋਈ ਕੇਰਲਾ ਭੇਜਿਆ ਤੇ ਕੋਈ ਬੰਦਾ ਰਾਜਸਥਾਨ ਭੇਜਿਆ। ਭੇਜੇ ਕੀ ਕਰਨ ਨੂੰ, ਕਿਉਂਕਿ ਚਾਰਾਂ ਸੂਬਿਆਂ ਦੇ ਵਿੱਚ ਸ਼ਰਾਬ ਵੇਚਣ ਦੇ ਢੰਗ ਤਰੀਕੇ ਪੰਜਾਬ ਸੂਬੇ ਨਾਲੋਂ ਵੱਖਰੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਜੇ ਆਪਾਂ ਗੱਲ ਜਿਹੜੀ ਹੈ ਤਾਮਿਲਨਾਡੂ ਦੀ ਕਰ ਲਈਏ ਤਾਂ ਉੱਥੇ ਫੈਕਟਰੀਆਂ ਨਿੱਜੀ ਨੇ, ਥੋਕ ਦੇ ਵਿੱਚ ਸ਼ਰਾਬ ਉੱਥੋਂ ਸਰਕਾਰ ਖਰੀਦੀ ਹੈ, ਤੇ ਅੱਗੋਂ ਜਿੰਨੇ ਵੀ ਠੇਕੇ ਸਾਰੇ ਤਾਮਿਲਨਾਡੂ ਦੇ ਵਿੱਚ ਖੁੱਲੇ ਹੋਏ ਨੇ ਉਹ ਵੀ ਸਾਰੇ ਸਰਕਾਰੀ ਠੇਕੇ ਨੇ, ਸਰਕਾਰ ਆਪਣੇ ਹੱਥੀ ਸਾਰਾ ਪ੍ਰਬੰਧ ਲੈ ਚੁੱਕੀ ਹੈ। ਦੂਸਰੇ ਪਾਸੇ ਬਾਕੀ ਜਿਹੜੇ ਸੂਬੇ ਨੇ ਜਿਹਨਾਂ ਦੇ ਵਿੱਚ ਕੇਰਲਾ ਵੀ ਆਉਂਦਾ, ਰਾਜਸਥਾਨ ਵੀ ਆਉਂਦਾ, ਰਾਜਸਥਾਨ ਦੀ ਆਪਾਂ ਗੱਲ ਕਰ ਲੈਂਦੇ ਹਾਂ, ਉੱਥੇ ਸ਼ਰਾਬ ਪ੍ਰਾਈਵੇਟ ਫੈਕਟਰੀਆਂ ਬਣਾਉਂਦੀਆਂ, ਥੋਕ ਦੇ ਵਿੱਚ ਸ਼ਰਾਬ ਉਹਨਾਂ ਤੋਂ ਸਰਕਾਰ ਖਰੀਦੀ ਹੈ ਤੇ ਅੱਗੋਂ ਥੋੜਾ ਜਿਹਾ ਮੁੱਲ ਵਧਾ ਕੇ ਛੋਟੇ ਜਿਹੜੇ ਪ੍ਰਾਈਵੇਟ ਠੇਕੇਦਾਰ ਨੇ ਉਹਨਾਂ ਨੂੰ ਵੇਚਦੀ ਹੈ, ਪੈਸੇ ਚੰਗੇ ਆ ਜਾਂਦੇ ਆ। ਹੁਣ ਕੈਪਟਨ ਸਾਹਿਬ ਦੇ ਅਧਿਕਾਰੀਆਂ ਦੀਆਂ ਟੀਮਾਂ ਇਸ ਕਰਕੇ ਭੇਜੀਆਂ ਸੀ ਕਿ ਆਪਾਂ ਫੈਕਟਰੀਆਂ ਤੋਂ ਸ਼ਰਾਬ ਖਰੀਦਣ ਦਾ ਤੇ ਮੁੜ ਕੇ ਅਧੀਆ ਪਾਈਆ ਲੋਕਾਂ ਨੂੰ ਵੇਚਣ ਦਾ ਸਾਰਾ ਕੰਮ ਆਪਣੇ ਹੱਥਾਂ ਦੇ ਵਿੱਚ ਲਈਏ, ਜਾਂ ਫਿਰ ਰਾਜਸਥਾਨ ਵਾਂਗੂ ਕੇਵਲ ਥੋਕ ਦਾ ਕੰਮ ਆਪਣੇ ਕੋਲ ਰੱਖੀਏ ਤੇ ਬਾਕੀ ਜਿਹੜਾ ਪ੍ਰਚੂਨ ਦਾ ਕੰਮ ਹੈ ਹੇਠਾਂ ਪ੍ਰਾਈਵੇਟ ਠੇਕੇਦਾਰਾਂ ਦੇ ਕੋਲ ਜਿਵੇਂ ਚੱਲਦਾ ਪਹਿਲਾਂ ਵਾਂਗੂ ਚੱਲਣ ਦਈਏ। ਹੁਣ ਇੰਨੀ ਗੱਲ ਜ਼ਰੂਰ ਹੈ, ਜੇ ਕੈਪਟਨ ਸਾਹਿਬ ਦੀ ਸਰਕਾਰ ਨੇ ਆਪਣੀ ਨਵੀਂ ਜਿਹੜੀ ਆ ਲਿਕਰ ਕਾਰਪੋਰੇਸ਼ਨ ਬਣਾ ਕੇ ਇਹ ਕੰਮ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਆਮਦਨ ਦੁੱਗਣੀ ਵੀ ਹੋ ਸਕਦੀ ਹੈ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੇ ਪ੍ਰਾਈਵੇਟ ਸ਼ਰਾਬ ਦੇ ਠੇਕੇਦਾਰ ਨੇ, ਜਿਹੜੇ ਮੋਟੇ ਮੋਟੇ ਫੰਡ ਦਿੰਦੇ ਨੇ ਇਲੈਕਸ਼ਨ ਲੜਨ ਦੇ ਲਈ, ਰਕਮਾਂ ਗਿਣੀਆਂ ਨਹੀਂ ਜਾਂਦੀਆਂ, ਉਹਨਾਂ ਨੂੰ ਨਾਰਾਜ਼ ਕਰਨ ਦਾ ਜੋਖਮ ਜਿਹੜਾ ਉਹ ਕੈਪਟਨ ਸਾਹਿਬ ਦੀ ਸਰਕਾਰ ਲੈਂਦੀ ਹੈ ਜਾਂ ਨਹੀਂ। ਪਰ ਨਜ਼ਰਾਂ ਕਪਤਾਨ ਸਾਹਿਬ ਦੀਆਂ ਪੂਰੀ ਤਰ੍ਹਾਂ ਸ਼ਰਾਬ ਦੀਆਂ ਠੇਕਿਆਂ ਦੇ ਉੱਤੇ ਜਿਹੜੀਆਂ ਸੁਖਨੈਬ ਜੀ ਟਿੱਕੀਆਂ ਹੋਈਆਂ ਨੇ ਜੀ। ਤੇ ਕਵਿਤਾ ਖੰਨਾ ਹੋਰਾਂ ਨੇ ਗੁਰਦਾਸਪੁਰ ਦੇ ਵਿੱਚ ਫੇਰ ਸਰਗਰਮੀਆਂ ਦਿਖਾ ਦਿੱਤੀਆਂ ਜੀ, ਨਜ਼ਰ 2019 ਦੇ ਉੱਤੇ ਟੇਕੀ। ਸੁਖਨੈਬ ਜੀ, 2019 ਤੋਂ ਨਜ਼ਰ ਉਹਨਾਂ ਨੇ ਚੱਕੀ ਨਹੀਂ ਸੀ, ਕਿਉਂਕਿ ਜਦੋਂ ਗੁਰਦਾਸਪੁਰ ਦੇ ਵਿੱਚ ਅਜੇ ਟਿਕਟ ਦੀ ਵੰਡ ਹੋਣੀ ਸੀ, ਪਤਾ ਨਹੀਂ ਸੀ ਸਲਾਰੀਆ ਸਾਹਿਬ ਨੇ ਉਮੀਦਵਾਰ ਬਣ ਜਾਣਾ ਬੀਜੇਪੀ ਦੇ ਕਿ ਬੀਬੀ ਕਵਿਤਾ ਖੰਨਾ ਨੇ। ਰਿਪੋਰਟਾਂ ਕੁਝ ਉਦੋਂ ਹੀ ਆਉਣ ਲੱਗ ਪਈਆਂ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਤੜਾ ਇਹ ਕਹਿੰਦਾ ਕਿ ਬੀਬੀ ਜੀ ਐਤਕੀ ਤੁਸੀਂ ਇਲੈਕਸ਼ਨ ਨਾ ਲੜੋ। ਐਤਕੀ ਪਾਰਟੀ ਦਾ ਜੋ ਅਸ਼ਰਾਉਣਾ ਸਾਨੂੰ ਸਾਰਿਆਂ ਨੂੰ ਪਤਾ ਹੈ, ਤੁਸੀਂ ਸਵਰਨ ਸਲਾਰੀਆ ਨੂੰ ਚੋਣ ਲੜ ਲੈਂਦੇ ਹੋ, ਇਸ ਬੰਦੇ ਨੇ ਹਾਰ ਜਾਣਾ, ਅਗਲੀ ਵਾਰੀ 2019 ਚ ਆਪਾਂ ਟਿਕਟ ਤੁਹਾਨੂੰ ਦੇ ਦਿਆਂਗੇ। ਚਲੋ, ਚੋਣ ਹੋਣੀ ਸੀ ਜ਼ਿਮਨੀ, ਵਿਨੋਦ ਖੰਨਾ ਹੋਰਾਂ ਦੀ ਹੋ ਗਈ ਸੀ ਮੌਤ, ਇੱਕ ਵੱਡੀ ਪੱਧਰ ਤੇ ਚਰਚਾ ਚੱਲਦੀ ਸੀ ਕਿ ਜੇ ਤਾਂ ਹਮਦਰਦੀ ਵੋਟ ਲੈਣੀ ਹੈ, ਫਿਰ ਬੀਬੀ ਕਵਿਤਾ ਖੰਨਾ ਵਿਨੋਦ ਖੰਨਾ ਦੀ ਧਰਮ ਪਤਨੀ ਨੂੰ ਟਿਕਟ ਦੇ ਦਿਓ। ਕਵਿਤਾ ਖੰਨਾ ਜਿਹੜੇ ਨੇ ਉਹ ਫਿਰ ਟਿਕਟ ਲੈ ਕੇ ਜਾਣਗੇ, ਲੋਕ ਹਮਦਰਦੀ ਵੋਟ ਪਾ ਦੇਣ, ਜੇ ਤਾਂ ਪਾਰਟੀ ਜਿਹੜੀ ਹੈ ਚੰਗਾ ਪਰਫਾਰਮ ਕਰ ਸਕਦੀ ਹੈ। ਪਰ ਏਦਾਂ ਨਹੀਂ ਹੋਇਆ। ਸਵਰਨ ਸਲਾਰੀਆ ਦਾ ਪਤਾ ਨਹੀਂ ਉਹਨਾਂ ਦੀ ਕਿਸਮਤ ਜਿੱਤ ਗਈ, ਉਹਦਾ ਪੈਸਾ ਜਿੱਤ ਗਿਆ ਜਾਂ ਰਾਮਦੇਵ ਜਿੱਤ ਗਿਆ, ਕੋਈ ਨਾ ਕੋਈ ਜਿੱਤਿਆ ਜ਼ਰੂਰ ਹੈ। ਉਹ ਬੰਦੇ ਨੂੰ ਟਿਕਟ ਮਿਲ ਗਈ 1,93,000 ਵੋਟਾਂ ਦੇ ਨਾਲ, ਸੁਨੀਲ ਜਾਖੜ ਤੋਂ ਹਰਿਆ। ਜਿਸ ਦਿਨ ਤਾਂ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਸੀ ਬੀਬੀ ਕਵਿਤਾ ਖੰਨਾ ਨਾਲ ਗਈ, ਉਹਦੇ ਤੋਂ ਬਾਅਦ ਆਖਰੀ ਦਿਨ ਤੱਕ ਬੀਬੀ ਕਵਿਤਾ ਖੰਨਾ ਨੇ ਮੁੰਬਈ ਤੋਂ ਗੁਰਦਾਸਪੁਰ ਦੇ ਵਿੱਚ ਪੈਰ ਤੱਕ ਨਹੀਂ ਪਾਇਆ। ਚਲੋ, ਸਵਰਨ ਸਲਾਰੀਆ ਹਰ ਗਿਆ। ਉਹਦੇ ਤੋਂ ਬਾਅਦ ਬੀਬੀ ਕਵਿਤਾ ਖੰਨਾ ਦਾ ਮੁੰਬਈ ਦੇ ਵਿੱਚ ਬੈਠਿਆਂ ਬਿਆਨ ਆਉਂਦਾ, ਉਹ ਕਹਿੰਦੇ ਜੀ ਦੇਖੋ ਗੱਲ ਇਹ ਬੜੀ ਸਿੱਧੀ ਪੱਧਰੀ ਹੈ, ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨੂੰ ਹਾਰਦੇ ਕਾਰਨ ਤੇ ਪੜਚੋਲ ਕਰਨੀ ਚਾਹੀਦੀ ਹੈ, ਅਸੀਂ ਉਮੀਦਵਾਰ ਕਿਵੇਂ ਦਿੱਤਾ, ਹੋਰ ਕਈ ਗੱਲਾਂ ਉਹਨਾਂ ਨੇ ਆਖੀਆਂ। ਤੇ ਜਦੋਂ ਸਵਰਨ ਸਲਾਰੀਆ ਨੂੰ ਪੁੱਛਿਆ, ਕਹਿੰਦੇ ਬੀਬੀ ਕਵਿਤਾ ਖੰਨਾ ਨੂੰ ਅਧਿਕਾਰ ਕੀ ਹੈ, ਉਸ ਬੀਬੀ ਨੇ ਮੇਰੇ ਖਿਲਾਫ਼ ਕੰਮ ਕੀਤਾ ਤੇ ਉਹ ਸਾਡੀ ਪਾਰਟੀ ਦੀ ਮੁੱਢਲੀ ਮੈਂਬਰ ਤੱਕ ਨਹੀਂ, ਤੇ ਉਹਨੂੰ ਸਾਡੀ ਪਾਰਟੀ ਦੇ ਅੰਦਰ ਇਹ ਸਾਰੀਆਂ ਗੱਲਾਂ ਕਰਨ ਦਾ ਕੋਈ ਅਧਿਕਾਰ ਨਹੀਂ। ਹਾਲਾਂਕਿ
ਸਵਰਨ ਸਲਾਰੀਆ ਨੂੰ ਉਸ ਵੇਲੇ ਚੇਤਾ ਭੁੱਲ ਗਿਆ ਸੀ ਕਿ ਕੇਂਦਰ ਦੀ ਬੀਜੇਪੀ ਦੀ ਟੀਮ ਨੇ ਜਿਹੜੇ ਬੰਦੇ ਇੱਥੇ ਭੇਜੇ ਸੀ ਕਿ ਤੁਸੀਂ ਉਮੀਦਵਾਰ ਚੁਣਨ ਤੋਂ ਪਹਿਲਾਂ ਫੀਡਬੈਕ ਲੈਣੀ ਹੈ, ਹਵਾ ਲੈਣੀ ਹੈ, ਭਾਫ ਲੈਣੀ ਹੈ, ਉਸ ਟੀਮ ਦੇ ਇੱਕ ਪਾਸੇ ਕੁਰਸੀ ਡਾ ਕੇ ਸਵਰਨ ਸਲਾਰੀਆ ਬੈਠੇ ਹੁੰਦੇ ਸੀ ਤੇ ਦੂਜੇ ਪਾਸੇ ਬੀਬੀ ਕਵਿਤਾ ਖੰਨਾ। ਤੇ ਜੇ ਭਾਈ ਉਹ ਮੁੱਢਲੀ ਮੈਂਬਰ ਨਹੀਂ ਸੀ ਸਲਾਰੀਆ ਸਾਹਿਬ ਉਦੋਂ ਇਤਰਾਜ਼ ਨਾ ਕੀਤਾ, ਤੇ ਹੁਣ ਬੀਬੀ ਕਵਿਤਾ ਖੰਨਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਆਪਣਾ ਡੇਰਾ ਫਿਰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਲਾ ਲਿਆ। ਉਹ ਕਹਿੰਦੇ ਕਿ ਜੇ ਮੈਨੂੰ ਭਾਰਤੀ ਜਨਤਾ ਪਾਰਟੀ 2019 ਦੇ ਵਿੱਚ ਗੁਰਦਾਸਪੁਰ ਦੀ ਲੋਕ ਸਭਾ ਹਲਕੇ ਤੋਂ ਟਿਕਟ ਦੇ ਦੇ ਤਾਂ ਮੈਂ ਕੰਟੈਸਟ ਕਰਨ ਤੋਂ ਕਰਨ ਲਈ ਤਿਆਰ ਹਾਂ, ਮੈਂ ਚੋਣ ਲੜਨ ਦੇ ਲਈ ਤਿਆਰ ਹਾਂ, ਮੇਰੇ ਬਹੁਤ ਸਾਰੇ ਸਪੋਰਟਰ ਮੈਨੂੰ ਆ ਕੇ ਮਿਲ ਰਹੇ ਨੇ। ਤੇ ਸੁਖਨੈਬ ਜੀ ਇੱਕ ਗੱਲ ਪੱਕੀ ਹੈ, ਜੇ ਬੀਬੀ ਕਵਿਤਾ ਖੰਨਾ ਨੇ ਮੋਰਚਾ ਇੱਦਾਂ ਹੀ ਸਾਂਭੀ ਰੱਖਿਆ ਤਾਂ ਭਾਰਤੀ ਜਨਤਾ ਪਾਰਟੀ ਤੋਂ 2019 ਚ ਵੀ ਨਹੀਂ ਜਿੱਤ ਹੋਣਾ, ਕਿਉਂਕਿ ਜਿਹੜੇ ਸਵਰਨ ਸਲਾਰੀਆ ਨੂੰ ਬੀਬੀ ਕਵਿਤਾ ਖੰਨਾ ਦੇ ਸਮਰਥਕਾਂ ਨੇ ਵੋਟਾਂ ਨਹੀਂ ਪਾਈਆਂ ਜਾਂ ਬੀਬੀ ਕਵਿਤਾ ਖੰਨਾ ਦੇ ਸਮਰਥਕਾਂ ਨੇ ਆ ਕੇ ਹੱਕ 'ਚ ਪ੍ਰਚਾਰ ਨਹੀਂ ਕੀਤਾ, ਉਸ ਬੀਬੀ ਕਵਿਤਾ ਖੰਨਾ ਨੂੰ ਉਸੇ ਸੀਟ ਤੋਂ ਸਵਰਨ ਸਲਾਰੀਆ ਜਿੱਤ ਲੈਣ ਦਿਓ। ਜਿੰਨਾ ਪੈਸਾ ਉਹਨੇ ਆਪਣੀ ਇਲੈਕਸ਼ਨ ਤੇ ਖਰਚਿਆ ਹੋਣਾ ਅਗਲੀ ਇਲੈਕਸ਼ਨ ਦੇ ਉੱਤੇ ਉਨਾ ਹੀ ਪੈਸਾ ਉਹ ਖਰਚ ਕਰਦਾ ਕਿ ਭਾਈ ਬੀਬੀ ਕਵਿਤਾ ਖੰਨਾ ਨੂੰ ਤੁਸੀਂ ਜਿੱਤਣ ਨਹੀਂ ਜਾਣਾ, ਜਿਹੜੇ ਮਰਜ਼ੀ ਬੰਦੇ ਨੂੰ ਜਿਤਾ ਦਿਓ। ਸੋ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਦੇ ਲਈ ਧੜੇਬੰਦੀ ਜਿਹੜੀ ਹੈ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਵਧਣ ਦੇ ਆਸਾਰ ਨੇ, ਤੇ ਹੋ ਸਕਦਾ ਹੈ ਕਿ ਸੁਨੀਲ ਜਾਖੜ ਜਾਂ ਬਾਕੀ ਪਾਰਟੀਆਂ ਦੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੀ ਅੰਦਰਲੀ ਇਸ ਲੜਾਈ ਨੂੰ ਬਹੁਤ ਦਿਲਚਸਪੀ ਦੇ ਨਾਲ ਵੇਖ ਰਹੇ ਹੋਣਗੇ। ਤੇ ਉਹ ਵੀ ਗੱਲ ਕਿ ਜੇ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਸੁਖਨੈਬ ਜੀ ਚੋਣ ਹੋਈ ਸ਼ਹਿਰ ਦੀ ਤੇ ਉਹਦੇ ਉੱਤੇ ਵੀ ਭਾਰਤੀ ਜਨਤਾ ਪਾਰਟੀ ਦੀ ਧੜੇਬੰਦੀ ਦਾ ਉਹਨਾਂ ਦੇ ਪੱਖ ਤੋਂ ਬੜਾ ਬੁਰਾ ਪ੍ਰਭਾਵ ਪੈਣਾ ਹੈ ਜੀ। ਬਣ ਸਾਹਿਬ ਪਰਾਲੀ ਸਾੜਨ ਦੇ ਕੇਸ ਆ, ਕਹਿੰਦੇ ਇਹਨਾਂ ਚ ਹੁਣ ਗਿਰਾਵਟ ਆ ਗਈ ਹੈ ਜੀ, ਪਰਾਲੀ ਸੜ ਗਈ ਹੈ ਜਾਂ ਕੇਸ ਹੀ ਦਰਜ ਘੱਟ ਹੋ ਰਹੇ ਆ? ਸੁਖਨੈਬ ਜੀ ਦੇਖੋ ਇਹ ਗੱਲ ਤਾਂ ਪੱਕੀ ਹੈ ਕਿ ਅਗਲੇ ਸਾਲ ਤੱਕ ਪ੍ਰਬੰਧ ਕੁਝ ਨਾ ਕੁਝ ਕਰਨੇ ਪੈਣੇ ਆ, ਜੇ ਅਗਲੇ ਸਾਲ ਵੀ ਪ੍ਰਬੰਧ ਨਾ ਕੀਤੇ ਤਾਂ ਫਿਰ ਮਾਮਲਾ ਗੜਬੜ ਹੋਜੂ। ਐਤਕੀ ਪ੍ਰਦੂਸ਼ਣ ਪਹਿਲਾਂ ਨਾਲੋਂ ਵੱਧ ਹੋਇਆ, ਸਮੋਗ ਦੇ ਹਾਲਾਤ ਪਹਿਲਾਂ ਘੱਟ ਹੀ ਬਣਦੇ ਸੀ, ਐਤਕੀ ਬਹੁਤ ਜ਼ਿਆਦਾ ਬਣੇ, ਕਈ ਦਿਨ ਲਗਾਤਾਰ ਬਣੇ। ਇਹ ਸਾਰੇ ਵਾਤਾਵਰਨ ਨੂੰ ਵੇਖਦਿਆਂ ਤਾਂ ਲੱਗਦਾ ਸੀ ਕਿ ਪਰਾਲੀ ਸੜਨ ਤੋਂ ਕੋਈ ਖੇਤ ਵਾਂਝਾ ਰਿਹਾ ਹੀ ਨਹੀਂ, ਹਰ ਇੱਕ ਥਾਂ ਦੇ ਉੱਤੇ ਜਿੰਨੀ ਕੁ ਪਰਾਲੀ ਕੋਈ ਸਾੜ ਸਕਦਾ ਸੀ ਉਹਨੇ ਸਾੜੀ ਹੈ। ਪਰ ਪੰਜਾਬ ਦੀ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਨੂੰ ਠੇਕਾ ਦਿੱਤਾ ਸੀ ਕਿ ਤੁਸੀਂ ਰਿਮੋਟ ਸੈਂਸਿੰਗ ਸੈਂਟਰ ਬਣਾ ਕੇ ਦੇਖਣਾ ਹੈ ਜਿਹੜਾ ਕਿ ਕਿੰਨੇ ਕੁ ਪੰਜਾਬ ਦੇ ਵਿੱਚ ਕਿੰਨੇ ਕੁ ਖੇਤ ਸੜਦੇ ਨੇ, ਕਦੋਂ ਸੜਦੇ ਆ, ਪਰਾਲੀ ਕਿੱਥੇ ਕਿੱਥੇ ਸਾੜੀ ਜਾਂਦੀ ਹੈ, ਕਿੰਨਾ ਸਮੇਂ ਸਾੜੀ ਜਾਂਦੀ ਹੈ। ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨਜ਼ਰ ਰੱਖੀ ਤੇ ਨਜ਼ਰ ਰੱਖਣ ਤੋਂ ਬਾਅਦ ਉਹਨਾਂ ਨੇ ਅੰਕੜੇ ਜਾਰੀ ਕੀਤੇ ਕਿ ਤਕਰੀਬਨ 25 ਸਤੰਬਰ ਤੋਂ ਲੈ ਕੇ 25 ਨਵੰਬਰ ਤੱਕ ਇਹ ਜਿਹੜਾ ਸਾਰਾ ਕੰਮ ਚੱਲਣਾ, ਕਿਉਂਕਿ ਇੱਕ ਦਿਨ ਅਜੇ ਹੈਗਾ ਇਸ ਸਾਰੇ ਮਸਲੇ ਦੇ ਵਿੱਚ, ਕਹਿੰਦੇ ਜਿੰਨੀ ਕੁ ਝੋਨੇ ਦੀ ਪਰਾਲੀ ਸਾੜੀ ਗਈ ਹੈ ਪਿਛਲੀ ਵਾਰ ਦੇ ਨਾਲੋਂ 45% ਘੱਟ ਪਰਾਲੀ ਸਾੜੀ ਹੈ। ਉਹਨਾਂ ਨੇ ਇੱਕ ਹੋਰ ਦਾਅਵਾ ਕੀਤਾ, ਉਹ ਕਹਿੰਦੇ ਕਿ ਪਿਛਲੀ ਵਾਰ 81,000 ਕੇਸ ਸੀਗੇ, ਐਤਕੀ 45,000 ਹੋਏ ਨੇ। ਪਿਛਲੀ ਵਾਰ ਕਹਿੰਦੇ 1500 ਖੇਤਾਂ ਨੂੰ ਰੋਜ਼ ਅੱਗ ਦੇ ਹਵਾਲੇ ਕੀਤਾ ਜਾਂਦਾ ਰਿਹਾ, ਐਤਕੀ 840 ਨੂੰ ਕੀਤਾ ਜਾਂਦਾ, ਇਹਦਾ ਮਤਲਬ ਹੈ ਕਿ ਪਹਿਲਾਂ ਨਾਲੋਂ ਸੁਧਾਰ ਹੈ। ਸੁਖਰੈਬ ਜੀ ਕਾਹਨ ਸਿੰਘ ਪੰਨੂ ਹੋਰਾਂ ਨੇ ਵੀ ਕਿਹਾ, ਉਹ ਕਹਿੰਦੇ ਐਤਕੀ ਅਸੀਂ ਕਿਸੇ ਕਿਸਾਨ ਤੇ ਸਖ਼ਤੀ ਨਹੀਂ ਕੀਤੀ, ਅਸੀਂ ਐਤਕੀ ਪੜਾਇਆ, ਜਾਗਰੂਕ ਕੀਤਾ ਤੇ ਅਗਲੀ ਵਾਰ ਦੇ ਲਈ ਯੋਗ ਬਣਾਇਆ ਕਿ ਭਾਈ ਪਰਾਲੀ ਸਾੜਨੀ ਨਹੀਂ, ਆ ਉਹਦੇ 3-4 ਅਲਟਰਨੇਟਿਵ ਹੈਗੇ ਆ। ਉਹਨਾਂ ਇਹ ਵੀ ਕਹਿਤਾ ਕਿ ਜੇ ਕਿਤੇ ਕੇਂਦਰ ਸਰਕਾਰ ਥੋੜੀ ਬਹੁਤ ਸਹਾਇਤਾ ਵੀ ਇਸ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੂੰ ਦੇ ਦੇ ਤਾਂ ਫਿਰ ਆਪਾਂ ਅਗਲੀ ਵਾਰੀ ਇਹ ਦਾਅਵਾ ਕਰ ਸਕਾਂਗੇ ਕਿ ਕੋਈ ਵੀ ਪਰਿਵਾਰ, ਕੋਈ ਵੀ ਕਿਸਾਨ ਜਿਹੜਾ ਉਹ ਝੋਨੇ ਦੀ ਪਰਾਲੀ ਖੇਤਾਂ ਦੇ ਵਿੱਚ ਨਹੀਂ ਸਾੜੇਗਾ। ਚਲੋ ਇਹ ਗੱਲਾਂ ਪੰਜਾਬ ਦੀਆਂ ਹੋ ਗਈਆਂ, ਪੰਜਾਬ ਦੀ ਸਰਕਾਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਵੀ ਕਹੀ ਜਾਂਦੀ ਹੈ, ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਕਹੀ ਜਾਂਦੀ ਹੈ ਕਿ ਐਤਕੀ ਅਸੀਂ ਪਹਿਲਾਂ ਨਾਲੋਂ 45% ਪਰਾਲੀ ਜਿਹੜੀ ਹੈ ਉਹ ਘੱਟ ਫੜਨ ਦਿੱਤੀ ਹੈ। ਪਰ ਦੂਸਰੇ ਪਾਸੇ ਜਿਹੜੀ ਅਹਿਮ ਗੱਲ ਹੈ, ਹਰਿਆਣਾ ਸਰਕਾਰ ਨੇ ਸਿਰਫ 1500 ਘਟਨਾਵਾਂ ਵਾਪਰਨ ਦੀ ਪੁਸ਼ਟੀ ਕੀਤੀ ਕਿ ਬਹੁਤੀ ਪਰਾਲੀ ਹਰਿਆਣੇ 'ਚ ਸੜੀ ਨਹੀਂ, ਸਿਰਫ 1500। ਅਸੀਂ ਇੱਥੇ 45,000 ਕਹਿੰਦੇ ਹਾਂ, ਹੁਣ ਇੱਕ ਪਾਸੇ 1500 ਹੈ, ਦੂਜੇ ਪਾਸੇ 45,000 ਹੈ, ਫਰਕ ਤਾਂ ਬਹੁਤ ਹੈ। ਹੁਣ ਸੁਖਨੈਬ ਜੀ ਇਸ ਮੁੱਦੇ ਤੇ ਸਾਨੂੰ ਕਿਤੇ ਨਾ ਕਿਤੇ ਹਰਿਆਣੇ ਦੀ ਸਰਕਾਰ ਤੋਂ ਕੁਝ ਨਾ ਕੁਝ ਸੇਧ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿ ਉਹਨਾਂ ਨੇ ਐਸੀ ਸਖ਼ਤੀ ਕਿਹੜੇ ਢੰਗ ਤਰੀਕੇ ਕੀਤੀ, ਜਾਂ ਕਿਹੜੀ ਜਾਗਰੂਕਤਾ ਲਹਿਰ ਦਾ ਉਹਨਾਂ ਦੇ ਉੱਤੇ ਅਸਰ ਹੋਇਆ ਕਿ ਉਹਨਾਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਕਿਸਾਨਾਂ ਨੂੰ ਐਤਕੀ ਪਰਾਲੀ ਨੂੰ ਤੀਲੀ ਨਹੀਂ ਲਾਉਣ ਦਿੱਤੀ ਜੀ। ਤੇ ਬਾਟ ਸਾਹਿਬ ਜਲੰਧਰ ਦੇ ਵਿੱਚ ਅਕਾਲੀਆਂ ਦੀ ਧੜੇਬੰਦੀ ਵੱਧ ਗਈ ਜੀ। ਸੁਖਨੈਬ ਜੀ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇੱਕ ਦਿਨ ਛੱਡ ਕੇ ਇੱਕ ਇੱਕ ਸ਼ਹਿਰ ਦਾ ਜਿਹੜਾ ਉਹ ਹੁਣ ਵਰਕਾ ਫੋਲਿਆ ਕਰੀਏ, ਜਿੱਥੇ ਜਿੱਥੇ ਚੋਣਾਂ ਹੋਣੀਆਂ ਕਿ ਉੱਥੇ ਹਿਸਾਬ ਕਿਤਾਬ ਕੀ ਰਹੇਗਾ। ਹੁਣ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਉਭਰਨ ਦਾ ਯਤਨ ਕਰ ਰਿਹਾ, ਕਦੇ ਢਾਂਚਾ ਭੰਗ ਕਰਦੇ ਕਦੇ ਬਣਾ ਲਾ, ਪਹਿਲਾਂ
ਕੋਰ ਕਮੇਟੀ ਦੀ ਟੀਮ ਦਾ ਐਲਾਨ ਕਰਤਾ, ਫਿਰ ਜਨਰਲ ਸਕੱਤਰ, ਫਿਰ ਮੀਤ ਪ੍ਰਧਾਨ, ਉਹਦੇ ਤੋਂ ਬਾਅਦ ਜ਼ਿਲ੍ਹਾ ਜਥੇਦਾਰ ਜਿਹੜੇ ਨੇ ਦਿਹਾਤੀ ਤੇ ਸ਼ਹਿਰੀ, ਉਹਨਾਂ ਦੇ ਐਲਾਨ ਕਰਕੇ। ਪਰ ਇਸ ਸਾਰੇ ਵਰਤਾਰੇ ਦੇ ਵਿੱਚ ਜਲੰਧਰ ਸ਼ਹਿਰੀ ਦੇ ਪ੍ਰਧਾਨ ਦਾ ਨਾਂ ਨਹੀਂ ਪਤਾ ਲੱਗਾ। ਜੇਤਾ ਅਜੀਤ ਸਿੰਘ ਕੁਹਾੜ ਦੇ ਮੂਹਰੇ ਲਿਖਿਆ ਜਾਂਦਾ ਕਿ ਇਹ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹੋਣਗੇ ਤਾਂ ਪਤਾ ਲੱਗ ਜਾਂਦਾ ਸੀ ਕਿ ਸ਼ਹਿਰੀ ਪ੍ਰਧਾਨ ਵੀ ਕੁਹਾੜ ਸਾਹਿਬ ਤੇ ਦਿਹਾਤੀ ਖੇਤਰ ਦੇ ਪ੍ਰਧਾਨ ਵੀ ਉਹ। ਪਰ ਜਦੋਂ ਲਿਸਟ ਜਾਰੀ ਕੀਤੀ ਹੈ ਅਕਾਲੀ ਦਲ ਨੇ, ਉਹਦੇ ਵਿੱਚ ਲਿਖਿਆ ਹੋਇਆ ਕਿ ਅਜੀਤ ਸਿੰਘ ਕੁਹਾੜ MLA ਇਹ ਜਲੰਧਰ ਦਿਹਾਤੀ ਹਲਕੇ ਦੇ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਹੋਣਗੇ, ਦਿਹਾਤੀ ਦੇ ਲਿਖਤਾ ਸ਼ਹਿਰੀ ਰਹਿ ਗਿਆ। ਹੁਣ ਜਲੰਧਰ ਦੇ ਵਿੱਚ ਸ਼ਹਿਰੀ ਪ੍ਰਧਾਨ ਦਾ ਐਲਾਨ ਕਿਉਂ ਨਹੀਂ ਕੀਤਾ ਗਿਆ? ਸੁਖਲੈਬ ਜੀ, ਆਪਣੇ ਆਪ ਦੇ ਵਿੱਚ ਮਹੱਤਵਪੂਰਨ ਗੱਲ ਹੈ ਕਿ ਜੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਵੇਲੇ ਨਿਗਮ ਦੀਆਂ ਚੋਣਾਂ ਆ ਸਕਦੀਆਂ, ਜੇ ਇਸ ਸ਼ਹਿਰ ਦੇ ਵਿੱਚ ਅਕਾਲੀ ਦਲ ਦੇ ਹਿੱਸੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਹੋਣ ਕਰਕੇ ਇੱਕੋ ਇੱਕ ਸੀਟ ਆਉਂਦੀ ਹੈ ਜਲੰਧਰ ਛਾਉਣੀ ਦੀ, ਉਹ ਸੀਟ ਅਕਾਲੀ ਦਲ ਬਹੁਤ ਬੁਰੇ ਤਰੀਕੇ ਹਰਿਆ ਹੋਵੇ, ਇਹਦੇ ਬਾਵਜੂਦ ਵੀ ਅਸੀਂ ਉੱਥੇ ਜ਼ਿਲ੍ਹਾ ਪ੍ਰਧਾਨ ਬਿਨਾਂ ਲਾਈਏ, ਤਾਂ ਇਹਦਾ ਮਤਲਬ ਹੈ ਕਿ ਅਕਾਲੀ ਦਲ ਬਹੁਤ ਵੱਡੀ ਪੱਧਰ ਦੇ ਉੱਤੇ ਫੁੱਟ ਦਾ ਸ਼ਿਕਾਰ ਹੈ। ਇੱਕ ਲੀਡਰ ਦੂਜੇ ਲੀਡਰ ਨੂੰ ਦੇਖ ਕੇ ਰਾਜ਼ੀ ਨਹੀਂ। ਹੁਣ ਪਿਛਲੇ ਦਿਨਾਂ ਦੇ ਵਿੱਚ ਦੋ ਬੰਦਿਆਂ ਦੇ ਨਾਂ ਜਿਹੜੇ ਆ ਸਭ ਤੋਂ ਅੱਗੇ ਆ ਰਹੇ ਸੀ, ਇੱਕ ਚੰਨੀ ਸਾਹਿਬ ਜਿਹੜੇ ਨੇ ਤੇ ਦੂਸਰੇ ਪਾਸੇ ਮੱਕੜ ਸਾਹਿਬ। ਹੁਣ ਦੋਵੇਂ ਲੀਡਰ ਜਿਹੜੇ ਨੇ ਉਹ ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ, ਤੇ ਦੋਵੇਂ ਲੀਡਰ ਸ਼ਹਿਰੀ ਪ੍ਰਧਾਨ ਜਿਹੜਾ ਉਹ ਬਣਨਾ ਚਾਹੁੰਦੇ ਆ। ਹੁਣ ਜਿੱਥੋਂ ਤੱਕ ਚਰਨਜੀਤ ਚੰਨੀ ਹੋਰਾਂ ਦੀ ਗੱਲ ਹੈ, ਉਹ ਤਾਂ ਸਿੱਧੇ ਤੌਰ ਦੇ ਉੱਤੇ ਇੱਕੋ ਹੀ ਗੱਲ ਆਖੀ ਜਾਂਦੇ ਆ ਕਿ ਮੈਂ ਪਹਿਲਾਂ ਵੀ ਪ੍ਰਧਾਨ ਰਿਹਾ, ਮੈਂ ਹੁਣ ਵੀ ਪ੍ਰਧਾਨ ਬਣਨਾ, ਇਹ ਹੱਕ ਮੇਰਾ ਹੀ ਬਣਦਾ। ਦੂਜੇ ਪਾਸੇ ਸਰਜੀਤ ਸਿੰਘ ਮੱਕੜ ਹੋਰੀ ਕਹਿੰਦੇ ਆ ਕਿ ਭਾਈ ਮੈਂ ਜਲੰਧਰ ਛਾਉਣੀ ਤੋਂ ਲੜਿਆ ਸੀ ਚੋਣ, ਜਿਸ ਦਿਨ ਪਾਰਟੀ ਨੇ ਮੈਨੂੰ ਦਿੱਤੀ ਹੈ ਟਿਕਟ, ਉਸੇ ਦਿਨ ਚੰਨੀ ਨੇ ਕਹਿਤਾ ਕਿ ਮੈਂ ਹੁਣ ਕਿਸੇ ਵੀ ਤਰੀਕੇ ਜਿਹੜਾ ਉਹ ਤੁਹਾਨੂੰ ਇਹ ਇਲੈਕਸ਼ਨ ਜਿੱਤਣ ਨਹੀਂ ਦੇਣੀ, ਤੇ ਤੁਸੀਂ ਇਸ ਹਲਕੇ ਦੇ ਸੰਬੰਧ ਹੀ ਰੱਖਦੇ, ਤੁਹਾਨੂੰ ਪਾਰਟੀ ਨੇ ਕਪੂਰਥਲੇ ਭੇਜਿਆ ਸੀ, ਉੱਥੋਂ ਜਾ ਕੇ ਰਾਣੀ ਗੁਰਜੀਤ ਨਾਲ ਹੀ ਦਸ ਪੰਜਾ ਲਓ। ਚੰਨੀ ਹੋਰੀ ਕਈ ਸਮਾਂ ਲਗਾਤਾਰ ਇਸ ਮੁੱਦੇ ਦੇ ਉੱਤੇ ਨਾਰਾਜ਼ ਰਹੇ, ਤਕਰੀਬਨ 15 ਦਿਨ ਪ੍ਰਚਾਰ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਏ, ਤੇ ਅੱਜ ਵੀ ਸਰਬਜੀਤ ਸਿੰਘ ਮੱਕੜ ਜਿਹੜੇ ਪਹਿਲਾਂ ਆਦਮਪੁਰ ਤੋਂ MLA ਰਹੇ ਆ, ਉਹਦੇ ਤੋਂ ਬਾਅਦ ਰਾਣੀ ਗੁਰਜੀਤ ਤੋਂ ਕਪੂਰਥਲੇ ਹਰੇ ਆ, ਤੇ ਐਤਕੀ ਜਲੰਧਰ ਛਾਉਣੀ ਤੋਂ ਹਰਿਆ, ਇਹੀ ਕਹੀ ਜਾਂਦੇ ਆ ਕਿ ਮੈਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਉਮੀਦਵਾਰਾਂ ਤੋਂ ਨਹੀਂ ਹਰਿਆ, ਮੈਂ ਆਪਣੀ ਪਾਰਟੀ ਦੇ ਲੀਡਰਾਂ ਤੋਂ ਹਰਿਆ, ਤੇ ਉਹਨਾਂ ਦੇ ਵਿੱਚ ਚੰਨੀ ਸਾਹਿਬ ਦਾ ਨਾਂ ਸਭ ਤੋਂ ਉੱਪਰ ਲੈਂਦੇ ਆ। ਦੋਵੇਂ ਬੰਦੇ ਪ੍ਰਧਾਨਗੀ ਦੇ ਦਾਅਵੇਦਾਰ ਨੇ। ਮੱਕੜ ਸਾਹਿਬ ਦੇ ਬਾਰੇ ਤਾਂ ਇੱਥੋਂ ਤੱਕ ਵੀ ਪਤਾ ਲੱਗਿਆ, ਉਹਨਾਂ ਨੇ ਵੀ ਕਹਿਤਾ ਕਿ ਜੇ ਪਾਰਟੀ ਨੇ ਐਤਕੀ ਚੰਨੀ ਨੂੰ ਸ਼ਹਿਰੀ ਪ੍ਰਧਾਨ ਬਣਾਇਆ ਤੇ ਮੈਂ ਪਾਰਟੀ ਤੱਕ ਛੱਡਣ ਨੂੰ ਤਿਆਰ ਹਾਂ। ਦੋਵੇਂ ਬੰਦੇ ਪਹਿਲਾਂ ਛਾਉਣੀ ਤੋਂ ਟਿਕਟ ਭਾਲਦੇ ਸੀ, ਮੱਕੜ ਸਾਹਿਬ ਦੀ ਵੱਡੇ ਬਾਦਲ ਸਾਹਿਬ ਦੇ ਨਾਲ ਸੁਰ ਬਹੁਤ ਰਲਦੀ ਹੈ, ਅਗਲੇ ਆਪਣਾ ਕੰਮ ਕਰਾ ਗਏ। ਹੁਣ ਚੰਨੀ ਸਾਹਿਬ ਜਿਹੜੇ ਨੇ ਉਹਨਾਂ ਦੀ ਛੋਟੇ ਬਾਦਲ ਉਹਦਾਂ ਨਾਲ ਹਾਂ ਪੂਰੀ ਹੈ। ਐਤਕੀ ਵੇਖਦੇ ਹਾਂ ਕਿ ਪਿਛਲੀ ਵਾਰੀ ਖਤਾ ਖਾਣ ਵਾਲੇ ਚੰਨੀ ਜਿਹੜੇ ਨੇ ਉਹ ਸਰਬਜੀਤ ਸਿੰਘ ਮੱਕੜ ਤੋਂ ਉੱਪਰ ਉੱਠ ਕੇ ਆਪਣੀ ਪ੍ਰਧਾਨਗੀ ਜਿਹੜੀ ਪੱਕੀ ਕਰਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ। ਦੂਸਰੇ ਪਾਸੇ ਕਮਲਜੀਤ ਸਿੰਘ ਭਾਟੀਆ ਸੀਨੀਅਰ ਡਿਪਟੀ ਮੇਅਰ ਨੇ ਇਸ ਵੇਲੇ ਨਿਗਮ ਦੇ, ਭਾਵੇਂ ਭੰਗ ਹੋ ਚੁੱਕੀ ਹੈ ਨਿਗਮ, ਉਹ ਕਮਲਜੀਤ ਭਾਟੀਆ ਵੀ ਦਾਅਵੇਦਾਰ ਨੇ ਕਿ ਭਾਈ ਜਲੰਧਰ ਸ਼ਹਿਰੀ ਦਾ ਪ੍ਰਧਾਨ ਮੈਨੂੰ ਬਣਾਤਾ ਜਾਵੇ। ਇਹਦੇ ਨਾਲ ਨਾਲ ਬਲਜੀਤ ਸਿੰਘ ਨੀਲਾ ਮਹਿਲ ਜਿਹੜੇ ਕਦੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਮੁਖੀ ਰਹੇ ਨੇ, ਦਾਅਵੇਦਾਰ ਉਹ ਵੀ ਨੇ। ਪਰ ਕਮਲਜੀਤ ਭਾਟੀਆ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਇੱਟ ਖੜਕਾ ਬਹੁਤ ਰਹਿੰਦਾ, ਗੱਠਜੋੜ ਕਰਕੇ ਇੱਟ ਖੜਕੇ ਵਾਲਾ ਪ੍ਰਧਾਨ ਕਿੱਥੇ ਬਣਨਾ। ਬਲਜੀਤ ਸਿੰਘ ਨੀਲਾ ਮਹਿਲ ਦਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਵਜੋਂ ਆਪਣਾ ਕਾਰਜਕਾਲ ਜਿਹੜਾ ਉਹ ਅਜੀਬੋ ਗਰੀਬ ਰਿਹਾ ਸੀ, ਇਸ ਕਰਕੇ ਅਕਾਲੀ ਦਲ ਗੁਣਾ ਉਹਨਾਂ ਤੇ ਵੀ ਨਹੀਂ ਪਾਉਣਾ ਚਾਹੁੰਦਾ। ਤੇ ਇਹ ਵੀ ਹੋ ਸਕਦਾ ਸੁਖਨੈਬ ਜੀ ਕਿ ਆਉਣ ਵਾਲੇ ਸਾਲ ਡੇਢ ਸਾਲ ਤੱਕ ਸ਼੍ਰੋਮਣੀ ਅਕਾਲੀ ਦਲ ਕਿਸੇ ਨੂੰ ਵੀ ਪ੍ਰਧਾਨ ਨਾ ਬਣਾਵੇ, ਕੰਮ ਇੱਦਾਂ ਹੀ ਚਲਾ ਲੈ। ਇਹ ਵੀ ਹੋ ਸਕਦਾ ਕਿ ਜਿਵੇਂ ਸਰਬਜੋਤ ਸਿੰਘ ਸਾਬੀ ਨੇ ਯੂਥ ਅਕਾਲੀ ਦਲ ਸ਼ਹਿਰੀ ਦਾ ਇੱਕ ਪ੍ਰਧਾਨ ਬਣਾਉਣ ਦੀ ਤਾਂ ਤਿੰਨ ਤਿੰਨ ਪ੍ਰਧਾਨ ਬਣਾਤੇ ਸੀ ਜਲੰਧਰ ਦੇ ਵਿੱਚ ਹੀ, ਕਿਉਂਕਿ ਧੜੇਬੰਦੀ ਬਹੁਤ ਸੀ। ਹੋ ਸਕਦਾ ਕਿ ਅਕਾਲੀ ਦਲ ਮੁੱਖ ਧਾਰਾ ਦੇ ਸ਼ਹਿਰੀ ਪ੍ਰਧਾਨ ਨੂੰ ਵੀ ਇੱਕ ਦੀ ਥਾਂ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਸਾਰਿਆਂ ਨੂੰ ਖੁਸ਼ ਕਰਦਾ ਜੀ। ਤੇ ਗੁਜਰਾਤ ਦੇ ਵਿੱਚ ਸਿਆਸੀ ਸਰਗਰਮੀਆਂ ਪੂਰੇ ਸਿਖਰ ਦੇ ਉੱਤੇ ਆ ਜੀ। ਹੁਣ ਸੁਖਨੈਬ ਜੀ, ਦੋ ਤਿੰਨ ਗੱਲਾਂ ਬੜੀਆਂ ਮਹੱਤਵਪੂਰਨ ਨੇ, ਬੜੀਆਂ ਅਜੀਬੋ ਗਰੀਬ। ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲੈਂਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੇ 182 ਸੀਟਾਂ ਦੇ ਲਈ ਆਪਣੇ ਉਮੀਦਵਾਰ ਖੜੇ ਕਰਨੇ ਆ, ਤੇ 148 ਦਾ ਉਹਨਾਂ ਨੇ ਐਲਾਨ ਕਰ ਦਿੱਤਾ। ਕਾਂਗਰਸ ਪਾਰਟੀ ਦਾ ਗੇਰ ਅਜੇ 77 ਸੀਟਾਂ ਤੇ ਫਸਿਆ ਹੋਇਆ। ਦੂਸਰੇ ਪਾਸੇ ਆਪਾਂ ਖਬਰ ਦੇ ਸ਼ੁਰੂ ਦੇ ਵਿੱਚ ਇਹ ਵੀ ਗੱਲ ਸਪਸ਼ਟ ਕਰ ਦਈਏ ਕਿ ਹਾਲਾਤ ਇਹ ਬਣੇ ਹੋਏ ਨੇ ਕਿ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਤਕਰੀਬਨ ਚੁੱਪ ਜੀ ਬੈਠੀ ਹੈ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਭਾਵੇਂ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਪਰਵਾਹ ਹੀ ਕੋਈ ਨਹੀਂ, ਸਰਕਾਰ ਤਾਂ ਸਾਡੀ ਓ ਬਣਨੀ ਹੈ, ਪਰ ਦੂਸਰੇ ਪਾਸੇ ਸੁਖਨੈਬ ਜੀ ਜਿਹੜੇ ਫੈਸਲੇ ਭਾਰਤੀ ਜਨਤਾ ਪਾਰਟੀ ਨੇ ਲਏ ਆ ਬੜੇ ਹੌਸਲੇ ਨਾਲ ਲਏ ਜਾ ਸਕਦੇ ਆ। ਪਹਿਲੀ ਲਿਸਟ ਦੇ ਵਿੱਚ 70 ਉਮੀਦਵਾਰ ਸੀ, 17 ਦੇ ਵਿੱਚੋਂ ਇਹਨਾਂ ਨੇ 5 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ, ਤੇ ਦੂਸਰੀ ਲਿਸਟ ਦੇ ਵਿੱਚ
ਇਹਨਾਂ ਨੇ ਇੱਕ ਮੰਤਰੀ ਸਮੇਤ 11 MLA ਨੂੰ ਟਿਕਟ ਦੇਣ ਤੋਂ ਨਾ ਕੀਤੀ। ਤੀਸਰੀ ਟਿਕਟ ਦੇ ਵਿੱਚ ਇਹਨਾਂ ਨੇ, ਹੈਰਾਨੀ ਦੀ ਗੱਲ ਹੈ ਕਿ 5 ਵਿਧਾਇਕ ਜਿਹੜੇ ਹੈ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ। ਚੌਥੀ, ਚਲੋ ਲਿਸਟ ਜਿਹੜੀ ਸੀ ਉਹ ਚੌਥੀ ਲਿਸਟ ਦੇ ਵਿੱਚ ਬੰਦਾ ਹੀ ਇੱਕ ਸੀ, ਤੇ ਹੁਣ ਜਿਹੜੀ 5ਵੀਂ ਸੂਚੀ ਜਾਰੀ ਕੀਤੀ ਹੈ ਉਹਦੇ ਵਿੱਚ ਵੀ ਕਈ ਕਹਿੰਦੇ ਕਹਾਉਂਦੇ ਜਿਹੜੇ ਲੀਡਰ ਨੇ ਉਹਨਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ। ਇੱਥੋਂ ਤੱਕ ਕਿ ਜਿਹੜੇ MLA ਦੀਆਂ ਟਿਕਟਾਂ ਐਤਕੀ ਕੱਟੀਆਂ ਗਈਆਂ ਉਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ, ਉਹਨਾਂ ਦੇ ਵਿੱਚੋਂ ਬਹੁਤੇ ਸਾਬਕਾ ਮੁੱਖ ਮੰਤਰੀ ਬੀਬੀ ਆਨੰਦੀ ਬੇਨ ਪਟੇਲ ਦੇ ਨਜ਼ਦੀਕ ਹੀ ਰਹੇ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈ ਕਿ ਜੇ 19 ਸਾਲ ਤੋਂ ਸੱਤਾਧਾਰੀ ਇੱਕ ਪਾਰਟੀ ਆਪਣੇ ਕੈਬਨਿਟ ਮੰਤਰੀਆਂ ਆਪਣੇ ਮੌਜੂਦਾ MLA ਦੀਆਂ ਟਿਕਟਾਂ ਕੱਟਦੀ ਆ ਤਾਂ ਇਹਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਲੋਕ ਕਿੰਨੇ ਸਰਕਾਰ ਤੋਂ ਨਾਰਾਜ਼ ਨੇ। ਹਾਲਾਂਕਿ ਭਾਰਤੀ ਜਨਤਾ ਪਾਰਟੀ ਦਾ ਪਿੰਡ ਪਿੰਡ ਦੇ ਵਿੱਚ, ਮੁਹੱਲੇ ਮੁਹੱਲੇ ਦੇ ਵਿੱਚ ਕਾਡਰ ਬਹੁਤ ਮਜ਼ਬੂਤ ਹੈ, ਕਾਂਗਰਸ ਪਾਰਟੀ ਇਸ ਪੱਖੋਂ ਹਲਕੀ ਬਹੁਤ ਹੈ। ਕਾਂਗਰਸ ਪਾਰਟੀ ਜੇ ਹਵਾ ਦੇ ਵਿੱਚ ਚੜ੍ਹਾਈ ਕਰੇਗੀ, ਕਾਡਰ ਦੇ ਪੱਖ ਤੋਂ ਮਾਰ ਖਾ ਗਈ ਤਾਂ ਮੈਚ ਸਿਆਸੀ ਤੌਰ ਤੇ ਸੁਖਨੈਬ ਜੀ ਦਿਲਚਸਪ ਬਹੁਤ ਹੋ ਜਾਣਾ। ਹੁਣ ਜਿਹੜੀ ਅਗਲੀ ਗੱਲ ਬੜੀ ਮਹੱਤਵਪੂਰਨ ਹੈ ਉਹ ਇਹ ਹੈ ਕਿ ਰਾਹੁਲ ਗਾਂਧੀ ਹੋ ਰਹੀ ਅੱਜ ਪੋਰਬੰਦਰ ਪਹੁੰਚ ਗਿਆ, ਪ੍ਰਚਾਰ ਸ਼ੁਰੂ ਕਰਤਾ। ਪ੍ਰਚਾਰ ਕਰਦਿਆਂ ਕਹਿੰਦੇ ਕੀ ਕਹਿੰਦੇ, ਜੀ ਦੇਖੋ ਗੁਜਰਾਤ ਦੇ ਲੋਕੋ, ਤੁਸੀਂ ਬੜੇ ਤਕੜੇ ਵਪਾਰੀ, ਬੜੇ ਤਕੜੇ ਕਾਰੋਬਾਰੀ, ਪਰ ਜਿਹੜੀ ਨੋਟਬੰਦੀ ਲਾਗੂ ਕੀਤੀ ਸੀ ਨਾ ਮੋਦੀ ਸਾਹਿਬ ਨੇ, ਸਾਲ ਹੋ ਗਿਆ, ਉਹਦੇ ਵਿੱਚ ਤੁਸੀਂ ਕਿਸੇ ਕੋਟ ਪੈਂਟ ਪਾ ਕੇ ਬੰਦੇ ਨੂੰ ਖੜੇ ਵੇਖਿਆ? ਉਹਦੇ ਵਿੱਚ ਇਹਨਾਂ ਦਾ ਕੋਈ ਮੰਤਰੀ ਵੇਖਿਆ, ਕੋਈ ਅਫਸਰ ਵੇਖਿਆ? ਕਹਿੰਦੇ ਨਹੀਂ, ਕਿਉਂਕਿ ਉਹ ਸਾਡੇ ਤੁਹਾਡੇ ਵਰਗੇ ਲੋਕਾਂ ਦੇ ਲਈ ਸੀ, ਜਿਹੜੇ ਛੋਟੀਆਂ ਫੈਕਟਰੀਆਂ ਵਾਲੇ ਆ, ਛੋਟੇ ਕਾਰੋਬਾਰੀ ਆ, ਸਾਨੂੰ ਤੰਗ ਕੀਤਾ। ਦੂਸਰੀ ਗੱਲ, ਰਾਹੁਲ ਗਾਂਧੀ ਨੇ ਅੱਜ ਤੇ ਕੱਲ 2 ਦਿਨਾਂ ਦੇ ਵਿੱਚ ਸੁਖਨੈਬ ਜੀ 10 ਰੈਲੀਆਂ ਕਰਨੀਆਂ, 1 ਦਿਨ ਦੇ ਵਿੱਚ 5 ਰੈਲੀਆਂ। ਨਹੀਂ ਤਾਂ ਆਮ ਤੌਰ ਦੇ ਉੱਤੇ ਰਾਹੁਲ ਗਾਂਧੀ 1 ਦਿਨ ਦੇ ਵਿੱਚ 2 ਤੋਂ ਵੱਧ ਰੈਲੀਆਂ ਨਹੀਂ ਸੀ ਕਰਦੇ। ਗੁਜਰਾਤ ਨੂੰ ਇੰਨੇ ਸੀਰੀਅਸਲੀ ਲੈ ਰਹੇ ਆ, ਇੰਨਾ ਗੰਭੀਰਤਾ ਦੇ ਨਾਲ ਲੈ ਰਹੇ ਕਿ 1 ਦਿਨ ਦੇ ਵਿੱਚ 5-5 ਥਾਵਾਂ ਦੇ ਉੱਤੇ ਜਾ ਕੇ ਸੰਬੋਧਨ ਕਰਨਗੇ। ਵੈਸੇ ਲੋਕ ਵੀ ਹੁਣ ਪਹਿਲਾਂ ਨਾਲੋਂ ਥੋੜਾ ਜਿਹਾ ਗੰਭੀਰਤਾ ਦੇ ਨਾਲ ਰਾਹੁਲ ਗਾਂਧੀ ਦਾ ਭਾਸ਼ਣ ਸੁਣਨ ਲੱਗੇ ਆ। ਹੁਣ ਉਹਦੇ ਤੋਂ ਬਾਅਦ ਮੋਦੀ ਸਾਹਿਬ ਨੇ ਤਿਆਰੀਆਂ ਖਿੱਚ ਦਿੱਤੀਆਂ। ਹੁਣ ਮੋਦੀ ਸਾਹਿਬ ਦੀ ਤਿਆਰੀ ਆ, 27 ਤਰੀਕ ਨੂੰ ਉਹਨਾਂ ਨੇ ਵਿਆਹ ਜਾਣਾ, 1 27 ਨੂੰ ਆਉਣਾ ਤੇ 29 ਨੂੰ ਆਉਣਾ। 2 ਦਿਨਾਂ ਦੇ ਵਿੱਚ 8 ਰੈਲੀਆਂ ਜਿਹੜੀਆਂ ਮੋਦੀ ਸਾਹਿਬ ਨੇ ਵੀ ਕਰਨੀਆਂ, ਦੇਸ਼ ਦੇ ਪ੍ਰਧਾਨ ਮੰਤਰੀ ਨੇ 1 ਦਿਨ ਦੇ ਵਿੱਚ 4-4 ਰੈਲੀਆਂ, ਐਲਾਨ ਉਹਨਾਂ ਨੇ ਵੀ ਕਰਤਾ। ਇਹ ਵੀ ਕਹਿ ਦਿੱਤਾ ਕਿ ਮੇਰੀ ਕੈਬਨਿਟ ਦੇ 25 ਮੰਤਰੀ ਵੀ ਉਦਣ ਹੀ ਆਉਣਗੇ, ਵੱਖਰੇ ਵੱਖਰੇ ਥਾਵਾਂ ਤੇ ਜਾਣਗੇ। ਇਹ ਵੀ ਕਹਿ ਦਿੱਤਾ ਗਿਆ ਕਿ ਸ਼ਿਵਰਾਜ ਸਿੰਘ ਚੌਹਾਨ, ਦਵਿੰਦਰ ਫੜਨਵੀਸ, ਯੋਗੀ ਆਦਿੱਤਿਆਨਾਥ, ਵਸੁੰਧਰਾ ਰਾਜੇ ਸਿੰਧੀਆ, ਇਹ ਵੱਖ ਵੱਖ ਸੂਬਿਆਂ ਦੇ BJP ਦੇ ਮੁੱਖ ਮੰਤਰੀ ਨੇ, ਸੂਬੇ ਤਕਰੀਬਨ ਗੁਜਰਾਤ ਦੇ ਆਸ ਪਾਸ ਦੇ ਨੇ, ਤੇ ਇਹ ਵੀ ਆ ਕੇ ਉਹਨਾਂ ਦਿਨਾਂ ਦੇ ਵਿੱਚ ਡੱਟ ਕੇ ਆਪੋ ਆਪਣੇ ਪੱਧਰ ਦੇ ਉੱਤੇ ਪ੍ਰਚਾਰ ਕਰਨਗੇ। ਪ੍ਰਚਾਰ ਇਹਦਾ ਮਤਲਬ ਤੇਜ਼ ਹੋ ਗਿਆ। ਹੁਣ ਅਗਲੀ ਗੱਲ, ਸਾਰੀਆਂ ਹੀ ਪਾਰਟੀਆਂ ਦੇ ਬੰਦੇ ਸੁਖਨੈਬ ਜੀ ਕਹਿੰਦੇ ਕੀ ਹੈ, ਲੀਡਰ ਵੱਡੇ ਵੱਡੇ, ਮੋਦੀ ਸਾਹਿਬ ਕਹਿੰਦੇ ਆ ਕਿ ਦੇਖੋ ਅਸੀਂ ਤਾਂ ਇੰਡੀਆ ਨੂੰ ਡਿਜੀਟਲ ਕਰ ਦਿੱਤਾ, ਪੜ੍ਹਿਆ ਲਿਖਿਆ ਕਰ ਦਿੱਤਾ, ਬੇਟੀਆਂ ਵੀ ਪੜ੍ਹਾ ਦਿੱਤੀਆਂ, ਬੇਟੀਆਂ ਬਚਾ ਵੀ ਲਈਆਂ। ਉਹ ਵੀ ਕਹਿੰਦੇ ਆ ਕਿ ਪੜ੍ਹਾਈ ਲਿਖਾਈ ਦਾ ਜ਼ਮਾਨਾ ਠੀਕ ਹੈ। ਦੂਸਰੇ ਪਾਸੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਆ ਕਿ ਵੱਧ ਤੋਂ ਵੱਧ ਐਜੂਕੇਟ ਲੋਕਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ, ਪਰ ਇਹਨਾਂ ਦੋਵਾਂ ਪਾਰਟੀਆਂ ਨੇ ਕੀਤਾ ਕੀ? ਸੁਖਨੈਬ ਜੀ, ਇੰਟਰਸਟਿੰਗ ਗੱਲ ਹੈ ਕਿ ਸੂਰਤ ਸ਼ਹਿਰ ਗੁਜਰਾਤ ਦਾ ਹਿੱਸਾ ਹੈ, ਸ਼ਹਿਰ ਬੜਾ ਵੱਡਾ, 12 ਵਿਧਾਨ ਸਭਾ ਸੀਟਾਂ ਨੇ ਸ਼ਹਿਰ ਦੇ ਅੰਦਰ, 12 ਹੀ ਬੰਦੇ BJP ਨੇ ਖੜੇ ਕੀਤੇ, 12 ਹੀ ਖੜੇ ਕੀਤੇ ਕਾਂਗਰਸ ਨੇ, ਕੁੱਲ ਗਿਣਤੀ ਹੋ ਗਈ 24। ਇਹਨਾਂ 24 ਨੇ ਆਪ ਲਿਖ ਕੇ ਚੋਣ ਕਮਿਸ਼ਨ ਨੂੰ ਦਿੱਤਾ, 24 ਦੇ ਵਿੱਚੋਂ 9 ਬੰਦੇ 10ਵੀਂ ਪਾਸ ਨਹੀਂ ਹੈਗੇ। ਤੇ ਇਹਨਾਂ ਨੂੰ ਟਿਕਟਾਂ ਕਿਹਨੇ ਦਿੱਤੀਆਂ? ਕਾਂਗਰਸ ਨੇ ਤੇ ਭਾਰਤੀ ਜਨਤਾ ਪਾਰਟੀ ਨੇ। ਇਹਨਾਂ ਦੇ ਵਿੱਚੋਂ 3 ਬੰਦੇ ਐਸੇ ਆ ਜਿਨ੍ਹਾਂ ਨੇ 6ਵੀਂ ਕਲਾਸ ਵੀ ਪਾਸ ਨਹੀਂ ਕੀਤੀ, 2 ਬੰਦੇ ਐਸੇ ਨੇ ਜਿਨ੍ਹਾਂ ਨੇ 8ਵੀਂ ਜਮਾਤ ਵੀ ਪਾਸ ਨਹੀਂ ਕੀਤੀ। ਹੈਰਾਨੀ ਦੀ ਗੱਲ ਹੈ ਕਿ ਜੇ ਸਾਡੀਆਂ ਦੇਸ਼ ਦੀਆਂ ਸਭ ਤੋਂ ਵੱਡੀਆਂ ਸਿਆਸੀ ਪਾਰਟੀਆਂ, ਇੱਕ ਜਿਹਦਾ ਕੇਂਦਰ 'ਚ ਰਾਜ ਹੋਵੇ, ਦੂਸਰੀ ਪਾਰਟੀ ਜਿਹਨੇ ਦੇਸ਼ ਦੇ ਉੱਤੇ ਸਭ ਤੋਂ ਲੰਬਾ ਸਮਾਂ ਰਾਜ ਕੀਤਾ ਹੋਵੇ, ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੋਵੇ, ਜੇ ਉਹ ਪਾਰਟੀਆਂ ਸ਼ਹਿਰ ਦੇ ਵਿੱਚ 40% ਉਮੀਦਵਾਰ ਐਸੇ ਦਿੰਦੀਆਂ ਲੋਕਾਂ ਨੂੰ ਜਿਹੜੇ 10ਵੀਂ ਪਾਸ ਨਹੀਂ ਹੈਗੇ, ਇੱਕ ਤਾਂ ਐਸਾ ਜਿਹਦੇ ਤੋਂ 5ਵੀਂ ਮਸੀ ਹੋਈ, ਪਤਾ ਨੀ ਕਿੰਨੇ ਕੁ ਲੋਕਾਂ ਨੇ ਪਰਚੀਆਂ ਸਿੱਟੀਆਂ ਹੋਣੀਆਂ, ਮਾਸਟਰਾਂ ਨੂੰ ਕਿੰਨੀਆਂ ਕੁ ਲੱਥੀਆਂ ਪਲਾਈਆਂ ਹੋਣੀਆਂ, ਕਿੱਦਾਂ ਘੰਟਾ ਇੱਧਰ ਉੱਧਰ ਬਹਿ ਜਾਓ, ਮੈਂ ਆਪ ਇਹਦਾ ਹੱਥ ਫੜ ਕੇ ਲਿਖਾ ਦਿਆਂ। ਹੁਣ ਜੇ ਉਹ ਕਿਸੇ ਨਰੋਲ ਪੇਂਡੂ ਇਲਾਕੇ ਦੇ ਵਿੱਚ ਇੱਦਾਂ ਟਿਕਟ ਦੇਂਦੇ, ਕਿਸੇ ਨੂੰ ਬਹੁਤਾ ਇਤਰਾਜ਼ ਸੁਖਨੈਬ ਜੀ ਨਹੀਂ ਸੀ ਹੋਣਾ, ਪਰ ਹੁਣ ਟਿਕਟਾਂ ਉਹਨਾਂ ਨੇ ਦਿੱਤੀਆਂ ਸੂਰਤ ਵਰਗੇ ਸ਼ਹਿਰ ਦੇ ਵਿੱਚ, 9 ਬੰਦੇ 10ਵੀਂ ਪਾਸ ਵੀ ਨਹੀਂ, ਵਿੱਚੋਂ 5 ਕਾਂਗਰਸ ਦੇ ਨੇ, 4 ਜਿਹੜੇ ਆ BJP ਦੇ ਨੇ। ਇਹਦਾ ਮਤਲਬ ਹੈ ਕਿ ਸਿਆਸੀ ਲੀਡਰ ਨੇ, ਸਿਆਸੀ ਪਾਰਟੀਆਂ ਨੇ ਕਹਿਣ ਦੀਆਂ ਗੱਲਾਂ ਕੁਝ ਹੋਰ ਨੇ, ਕਰਨ ਦੀਆਂ ਹੋਰ ਨੇ। ਵੈਸੇ ਇਹਨਾਂ ਨੇ ਇੰਡੀਆ ਡਿਜੀਟਲ ਬਣਾਉਣਾ, ਸਾਰਾ ਕੁਝ ਆਨਲਾਈਨ ਕਰਨਾ, ਤੇ ਜਦੋਂ ਕੈਂਡੀਡੇਟ ਚੁਣਨ ਦੀ ਵਾਰੀ ਆਉਂਦੀ ਹੈ ਉਦੋਂ ਇਹ ਅੰਗੂਠਾ ਛਾਪ ਲੈ ਆਉਂਦੇ ਆ ਜੀ। ਫਿੰਗਰਪ੍ਰਿੰਟਸ ਨਾਲ ਹੀ ਕੰਮ ਚੱਲਣਾ ਨਾ, ਬਾਇਓਮੈਟ੍ਰਿਕ ਹੋ ਗਿਆ ਹੁਣ ਤਾਂ ਸਿਸਟਮ ਸਾਰਾ। ਵਿਧਾਨ ਸਭਾ ਸੈਸ਼ਨ ਦੀਆਂ ਤਿਆਰੀਆਂ ਸ਼ੁਰੂ ਹੈ ਜੀ।
ਸੁਖਨੈਬ ਜੀ ਬੜਾ ਮਹੱਤਵਪੂਰਨ ਜਿਹਾ ਮਸਲਾ ਆ ਗਿਆ। ਦੇਖੋ ਪੰਜਾਬ ਦੇ ਵਿੱਚ 3 ਕਰੋੜ ਲੋਕ ਨੇ, ਆਪਾਂ ਉਹਨਾਂ ਨੂੰ ਪਰੇ ਕਰ ਦਿੰਦੇ ਹਾਂ, ਆਪਾਂ 2 ਕਰੋੜ ਜਿਹੜੇ ਤਕਰੀਬਨ 2 ਕਰੋੜ ਵੋਟਰਾਂ ਨੂੰ ਲੈ ਲੈਂਦੇ ਹਾਂ। ਹੁਣ 2 ਕਰੋੜ ਬੰਦੇ ਨੂੰ ਆਪਾਂ ਇੱਕ ਜਗ੍ਹਾ ਦੇ ਉੱਤੇ ਇਕੱਠੇ ਤਾਂ ਨਹੀਂ ਕਰ ਸਕਦੇ ਕਿ ਉਹਨਾਂ ਆਪਾਂ ਸਲਾਹ ਕਰੀਏ ਕਿ ਸੂਬਾ ਕਿੱਦਾਂ ਅੱਗੇ ਲੈ ਕੇ ਜਾਣਾ, ਨਹੀਂ ਕੀਤਾ ਜਾ ਸਕਦਾ, ਸੰਭਵ ਨਹੀਂ ਪ੍ਰੈਕਟੀਕਲੀ। ਇਸੇ ਕਰਕੇ ਲੋਕਤੰਤਰ ਦੇ ਵਿੱਚ ਸਿਸਟਮ ਬਣਾਇਆ ਗਿਆ ਕਿ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਏਗਾ। ਸੂਬੇ ਨੂੰ ਵੱਖ ਵੱਖ ਹਿੱਸਿਆਂ ਦੇ ਵਿੱਚ ਵੰਡ ਦਿੱਤਾ 117 ਦੇ ਵਿੱਚ, ਹਰ ਇੱਕ ਵਿਧਾਨ ਸਭਾ ਹਲਕੇ ਦੇ ਵਿੱਚੋਂ ਵੋਟਰ ਆਪਣੇ ਵਿੱਚੋਂ ਸਭ ਤੋਂ ਸਿਆਣਾ ਬੰਦਾ ਚੁਣਗੇ ਕਿ ਆਹ ਦੇਖੋ ਜੀ ਅਸੀਂ 2 ਲੱਖ ਵੋਟਰਾਂ ਇਸ ਹਲਕੇ ਦੇ, 2 ਲੱਖ ਦੇ ਵਿੱਚੋਂ ਸਭ ਤੋਂ ਸਿਆਣਾ ਬੰਦਾ ਆ, ਤੇ ਜੋ ਇਹ ਗੱਲ ਕਹੇਗਾ ਉਹਨੂੰ ਸਾਡੇ ਹਲਕੇ ਦੀ ਗੱਲ ਮੰਨਿਓ। ਅਸੀਂ MLA ਚੁਣ ਦਿੰਦੇ, ਉਹਨੂੰ MLA ਕਹਿੰਦੇ ਸਿਆਣਾ ਬੰਦਾ। ਅਸੀਂ ਉਮੀਦ ਕਰਦੇ ਹਾਂ ਜਿਹਨਾਂ ਨੇ ਸੰਵਿਧਾਨ ਬਣਾਇਆ ਸੀ ਉਹਨਾਂ ਵੀ ਉਮੀਦ ਕੀਤੀ ਸੀ, ਜਿਹਨਾਂ ਨੇ ਲੋਕਤੰਤਰ ਸ਼ੁਰੂ ਕੀਤਾ ਸੀ ਉਮੀਦ ਉਹਨਾਂ ਨੇ ਵੀ ਕੀਤੀ ਸੀ ਕਿ ਲੋਕ ਸਿਆਣਾ ਬੰਦਾ ਚੁਣਗੇ ਤੇ ਫਿਰ ਸੂਬੇ ਦੇ 117 ਸਿਆਣੇ ਬੰਦੇ ਇਕੱਠੇ ਹੋ ਕੇ ਸਿਆਣੀਆਂ ਗੱਲਾਂ ਕਰਨਗੇ। ਹੁਣ ਸਿਆਣੀਆਂ ਗੱਲਾਂ ਕਰਨਗੇ, ਲੋਕਾਂ ਦੇ ਪੱਖ ਦਾ ਕਾਨੂੰਨ ਬਣਾਉਣਗੇ। ਪਰ ਸੁਖਨੈਬ ਜੀ, ਇਹ ਸਾਡੇ ਚੁਣੇ ਹੋਏ ਸਿਆਣਿਆਂ ਨੇ ਇੰਨੀਆਂ ਸਿਆਣੀਆਂ ਗੱਲਾਂ ਕੀਤੀਆਂ, ਵਿਧਾਨ ਸਭਾ ਜਾ ਕੇ ਗਾਲਾਂ ਕੱਢਣ ਲੱਗ ਪੈਂਦੇ ਆ, ਫਿਰ ਗਾਲਾਂ ਤੋਂ ਸਿਆਣੀ ਗੱਲ ਹੋਰ ਕਿਹੜੀ ਹੋ ਸਕਦੀ। ਇਹਨਾਂ ਨੇ ਐਸੀਆਂ ਸਿਆਣੀਆਂ ਗੱਲਾਂ ਕੀਤੀਆਂ ਕਿ ਗੱਲਾਂ ਹੀ ਨਹੀਂ ਕੀਤੀਆਂ, ਇਹਨਾਂ ਨੇ ਕਾਗਜ਼ ਮਰੋੜ ਮਰੋੜ ਕੇ ਪੜ ਪੜ ਕੇ ਇੱਕ ਦੂਜੇ ਦੇ ਉੱਤੇ ਮਾਰੇ। ਇੱਥੋਂ ਤੱਕ ਕਿ ਇੰਨੇ ਸਿਆਣੇ ਆ ਇਹਨਾਂ ਨੂੰ ਇਹ ਵੀ ਚੇਤਾ ਭੁੱਲ ਜਾਂਦਾ ਕਿ ਆਹ ਜਿਹੜੀ ਜੁੱਤੀ ਆ ਪੈਰ ਚ ਪਾਉਣ ਨੂੰ ਹੁੰਦੀ ਆ, ਇੱਕ ਦੂਜੇ ਨੂੰ ਵਗਾ ਕੇ ਮਾਰਨ ਨੂੰ ਨਹੀਂ ਹੁੰਦੀ। ਇਹਨਾਂ ਨੂੰ ਚੇਤਾ ਹੀ ਭੁੱਲ ਗਿਆ ਕਿ ਵਿਧਾਨ ਸਭਾ ਦੇ ਵਿੱਚ ਲੱਗੀ ਕੁਰਸੀ ਉੱਥੇ ਬੈਠ ਕੇ ਗੱਲ ਸੁਣਨ ਤੇ ਕਰਨ ਦੇ ਲਈ ਹੈ। ਇਹਨਾਂ ਨੂੰ ਚੇਤਾ ਹੀ ਭੁੱਲ ਗਿਆ ਕਿ ਜਿਹੜਾ ਮਾਈਕ ਉੱਥੇ ਰੱਖਿਆ ਹੋਇਆ ਉਹਦੇ ਵਿੱਚ ਬੋਲ ਕੇ ਤਰਕ ਅਧਾਰਤ ਗੱਲ ਕਰਕੇ ਸੂਬੇ ਦੇ ਪੱਖ ਦੀਆਂ ਗੱਲਾਂ ਕਰਨੀਆਂ, ਮਾਈਕ ਪੁੱਟ ਪੁੱਟ ਕੇ ਇੱਕ ਦੂਜੇ ਤੇ ਨਹੀਂ ਮਾਰਦੇ। ਇਹਨਾਂ ਨੂੰ ਚੇਤਾ ਹੀ ਭੁੱਲ ਗਿਆ ਕਿ ਸਪੀਕਰ ਇੱਕ ਸਿੰਬਲ ਹੈ, ਜਿਹਦੇ ਤੋਂ ਪੁੱਛ ਕੇ ਆਪਾਂ ਗੱਲ ਕਰਨੀ ਆ, ਜੇ ਸਪੀਕਰ ਨਹੀਂ ਹੋਏਗਾ ਤਾਂ ਅਫਰਾ ਤਫਰੀ ਫੈਲ ਜੂ। ਪਰ ਨਹੀਂ, ਅਸੀਂ ਜਿਹੜੇ ਸਿਆਣੇ ਬੰਦੇ ਚੁਣੇ ਸੀ ਉਹਨਾਂ ਨੇ ਗੱਲਾਂ ਸਿਆਣੀਆਂ ਨਹੀਂ ਕੀਤੀਆਂ। ਪਿਛਲੇ ਸਮੇਂ ਦੇ ਵਿੱਚ ਜਾਂ ਤਾਂ ਅਸੀਂ ਬਾਈਕਾਟ ਕਰਦੇ ਰਹੇ ਜਾਂ ਸੱਤਾਧਾਰੀ ਸਿਰ ਕਿਸੇ ਨੂੰ ਬੋਲਣ ਨਹੀਂ ਦਿੰਦੀ ਰਹੀ, ਲੋਕਤੰਤਰ ਦੀ ਭਾਵਨਾ ਦਾ ਹੀ ਕਤਲ ਕਰ ਦਿੱਤਾ। ਐਤਕੀ ਦਿਨ ਰਹਿ ਗਿਆ ਸੁਖਨੈਬ ਜੀ, 2-1 ਕੱਲ ਦਾ ਤੇ 1 ਪਰਸੋਂ ਦਾ, ਚੌਥੇ ਦਿਨ ਨੂੰ ਤਾਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਹੈ। ਹੁਣ ਅਸੀਂ ਉਮੀਦ ਕੀ ਕਰਦੇ ਹਾਂ ਆਪਣੇ MLA ਤੋਂ? ਅੱਜ ਆਮ ਆਦਮੀ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਹੋਈ ਹੈ, ਅਕਾਲੀ ਵੀ ਸਿਰ ਜੁੜ ਕੇ ਬੈਠੇ ਆ, ਕਾਂਗਰਸੀ ਤਾਂ ਬੈਠਾ ਹੀ ਸੀ। ਹੁਣ ਉਮੀਦ ਕੀ ਕਰਦੇ ਹਾਂ ਕਿ ਠੰਡ ਹੋ ਗਈ ਹੈ, ਸਾਰੇ MLA ਰਾਤ ਨੂੰ ਰਜਾਈ ਲੈ ਕੇ ਸੌਣਗੇ 26 ਤਰੀਕ ਨੂੰ, ਜਦੋਂ ਸਵੇਰ ਨੂੰ 27 ਨੂੰ ਉੱਠਣਗੇ, ਤਾਂ ਰਜਾਈ ਦੇ ਵਿੱਚੋਂ ਮੂੰਹ ਬਾਹਰ ਕੱਢਣ ਤੋਂ ਪਹਿਲਾਂ, ਚਾਹ ਦਾ ਕੱਪ ਫੜਨ ਤੋਂ ਪਹਿਲਾਂ, ਕਰੂੜੀ ਕਰਨ ਤੋਂ ਪਹਿਲਾਂ ਇਹ ਸੋਚਣਗੇ 5-7 ਮਿੰਟ ਦੇ ਲਈ, ਫਰੈਸ਼ ਦਿਮਾਗ ਆਉਂਦਾ ਸੌਂ ਕੇ, ਕਿ ਭਾਈ ਅੱਜ ਤੋਂ ਬਾਅਦ ਜਿਹੜੇ 3 ਦਿਨ ਨੇ, ਅੱਜ ਕੱਲ੍ਹ ਤੇ ਪਰਸੋਂ ਵਿਧਾਨ ਸਭਾ ਦਾ ਸੈਸ਼ਨ ਹੈ, ਮੈਂ ਇੱਕ ਪਾਰਟੀ ਦਾ ਨੁਮਾਇੰਦਾ ਬਣ ਕੇ ਨਹੀਂ ਜਾਣਾ, ਮੈਂ ਕਿਸੇ ਦੇ ਨਾਲ ਮਨ ਦੇ ਵਿੱਚ ਈਰਖਾ ਰੱਖ ਕੇ ਨਹੀਂ ਜਾਣਾ, ਮੈਂ ਆਪਣਾ ਨਹੀਂ ਸੋਚਣਾ, ਮੈਂ ਪੰਜਾਬ ਦੇ ਲੋਕਾਂ ਦਾ ਸੋਚਣਾ ਜਿਹਨਾਂ ਨੇ ਸਿਆਣੇ ਸਮਝ ਕੇ ਮੈਨੂੰ ਪ੍ਰਤੀਨਿਧ ਬਣਾਇਆ, ਤੇ ਮੈਂ ਉੱਥੇ ਬਿਲਕੁਲ ਠੀਕ ਗੱਲਾਂ ਕਰਨੀਆਂ। ਜੇ ਤਾਂ ਇੱਦਾਂ 5-7 ਮਿੰਟ ਵਿਚਾਰ ਕਰਕੇ ਵਿਧਾਨ ਸਭਾ ਦੇ ਵਿੱਚ ਚੱਜ ਦੀ ਗੱਲ ਕਰਨਗੇ, ਫਿਰ ਤਾਂ 3 ਦਿਨਾਂ 'ਚ ਕਰ ਦੇਣ ਕੁੱਜੇ 'ਚ ਸਮੁੰਦਰ ਬੰਦ। ਤੇ ਜੇ ਇਹਨਾਂ ਨੇ ਲੱਲੇ ਭੱਬੇ ਕਰਨੇ ਆ, ਇਹਨਾਂ ਨੇ ਰੌਲੇ ਪਾਉਣੇ, ਇੱਕ ਦੂਜੇ ਦੇ ਜੁੱਤੀਆਂ ਸੁੱਕਣੀਆਂ, ਇੱਕ ਦੂਜੇ ਦੇ ਕੱਪੜੇ ਪਾੜਨੇ ਆ, ਉੱਥੇ ਧਰਨੇ ਦੇਣੇ ਆ, ਫਿਰ ਭਾਵੇਂ 3 ਦੀ ਜਗ੍ਹਾ 133 ਦਿਨ ਦਾ ਸੈਸ਼ਨ ਰੱਖ ਲਓ, ਫਿਰ ਤਾਂ ਹੋਣਾ ਹੀ ਕੱਖ ਨਹੀਂ। ਤੇ ਉਮੀਦ ਕਰਦੇ ਆ ਸੁਖਨੈਬ ਜੀ ਕਿ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਸ ਮੁੱਦੇ ਤੇ ਗੱਲਾਂ ਕੀਤੀਆਂ ਹੋਣਗੀਆਂ ਕਿ ਬੇਰੁਜ਼ਗਾਰੀ ਹੈ, ਹੋਰ ਬਹੁਤ ਕੁਝ ਹੈ, ਧਰਤੀ ਹੇਠਲਾ ਪਾਣੀ ਹੈ, ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਵੱਧਦੀ ਗਿਣਤੀ ਹੈ, ਇਦਾਂ ਦੇ ਮਸਲੇ ਅਸੀਂ ਚੱਕਾਂਗੇ ਤਾਂ ਜੋ ਪੰਜਾਬ ਦੇ ਭਲੇ ਦੀ ਗੱਲ ਹੋ ਸਕੇ। ਉੱਧਰ ਅਕਾਲੀਆਂ ਨੇ ਅੱਜ ਸਿਰ ਜੋੜਿਆ, ਅਕਾਲੀਆਂ ਤੋਂ ਵੀ ਆਪਾਂ ਉਮੀਦ ਕਰਦੇ ਹਾਂ ਕਿ ਕਿਤੇ ਇੱਕੋ ਹੀ ਮੁੱਦਾ ਨਾ ਪੰਜਾਬ ਵਿਧਾਨ ਸਭਾ ਤੇ 3 ਦਿਨ ਲੈ ਕੇ ਬਹਿ ਜਾਣ, ਜਾਂਦੇ ਹੀ ਖਹਿਰਾ 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 ਕਰਨ ਲੱਗ ਪੈਣ ਤੇ ਤੀਸਰੇ ਦਿਨ ਸ਼ਾਮ ਨੂੰ ਵੀ ਖਹਿਰਾ ਖਹਿਰਾ ਕਰਦੇ ਘਰ ਨੂੰ ਆ ਜਾਣ, 2-2 ਹਜ਼ਾਰ ਰੁਪਇਆ ਰੋਜ਼ ਦਾ ਜੇਬ 'ਚ ਪਾ ਕੇ। ਆਪਾਂ ਉਮੀਦ ਕਪਤਾਨ ਸਾਹਿਬ ਤੋਂ ਵੀ ਕਰਦੇ ਹਾਂ ਕਿ ਕਪਤਾਨ ਸਾਹਿਬ ਦੀ ਪਾਰਟੀ ਦੇ ਬੰਦੇ ਵੀ, ਸੁਖਪਾਲ ਸਿੰਘ ਖਹਿਰਾ, ਪ੍ਰੋਫੈਸਰ ਬਲਜਿੰਦਰ ਕੌਰ ਤੇ ਅਕਾਲੀਆਂ ਦੇ 2-3 ਬੰਦਿਆਂ ਨੂੰ ਘੇਰ ਕੇ ਨਾ ਟੈਂਬਰ ਬਾਦ ਕਰ ਦੇਣ। ਅੱਜ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲ ਬੰਦ ਜਾਂ ਮਰਜ ਹੋਣ ਨੂੰ ਫਿਰਦੇ ਆ, ਜਿਹੜੀਆਂ ਆਂਗਣਵਾੜੀ ਵਾਲੀਆਂ ਬੀਬੀਆਂ ਰੋਜ਼ ਥਾਲ ਖੜਕਾਉਂਦੀਆਂ ਘਰਾਂ ਦੇ ਮੂਹਰੇ ਜਾ ਕੇ, ਅੱਜ ਜਿਹੜੇ ਨੌਜਵਾਨ ਘਰ ਘਰ ਵਾਲੀ ਨੌਕਰੀ ਭਾਲਦੇ ਆ, ਅੱਜ ਜਿਹੜਾ ਨਸ਼ਿਆਂ ਦਾ ਤਾਂਡਵ ਨਾਚ ਅਜੇ ਵੀ ਨੱਚਿਆ ਜਾ ਰਿਹਾ, ਉਧਰਲੇ ਪਾਸੇ ਨੂੰ ਧਿਆਨ ਰੱਖ ਕੇ ਕੁਝ ਸਿਆਣੀਆਂ ਗੱਲਾਂ ਕਰਨਗੇ। ਬਾਕੀ ਸਿਆਣੀਆਂ ਗੱਲਾਂ ਸਿਆਣੇ ਬੰਦੇ ਕਰਦੇ ਆ ਕਿ ਨਹੀਂ ਕਰਦੇ, ਜਾਂ ਫਿਰ ਚੁਟਕਲੇ ਸੁਣੇ ਸੁਣਾਏ ਜਾਂਦੇ ਆ, ਇਹਦੇ ਬਾਰੇ ਅਜੇ ਸਾਨੂੰ 3 ਕੁ ਦਿਨ ਜਿਹੜਾ ਸੁਖਨੈਬ ਜੀ ਇੰਤਜ਼ਾਰ ਕਰਨਾ ਪੈਣਾ ਹੈ ਜੀ। ਸੋ ਬਹੁਤ ਮਿਹਰਬਾਨੀ ਵਟਸਐਪ ਖਬਰਾਂ ਸਾਰਿਆਂ ਦੇ ਉੱਤੇ ਧਿਆਨ ਦੇਣ ਦੇ ਵਾਸਤੇ, ਟਿੱਪਣੀਆਂ ਕਰਨ ਦੇ ਵਾਸਤੇ, ਤੇ ਸਾਂਝ